ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਆਡੀਓ ਬੁਲੇਟਿਨ ਦੇ ਨਾਲ ਮੈਂ ਹਰ ਸ਼ਰਨਕਰ ਸਭ ਤੋਂ ਪਹਿਲਾਂ ਸਾਡੇ ਸਾਰੇ ਦਰਸ਼ਕਾਂ ਨੂੰ ਨਵਾਂ ਸਾਲ 2021 ਦੀਆਂ ਬਹੁਤ ਬਹੁਤ ਮੁਬਾਰਕਾਂ ਦੇਵਾਂਗੇ ਤੇ ਨਵਾਂ ਸਾਲ ਕਿਸਾਨਾਂ ਦੇ ਨਾਲ ਇਸ ਵਾਰ ਕਿਸਾਨ ਲੀਡਰਾਂ ਨੇ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਨਵਾਂ ਸਾਲ ਕਿਸਾਨਾਂ ਦੇ ਨਾਲ ਆ ਕੇ ਮਨਾਓ ਸੰਯੁਕਤ ਕਿਸਾਨ ਮੋਰਚੇ ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਦੇਸ਼ ਦੇ ਲੋਕਾਂ ਨੂੰ ਇਹ ਸੱਦਾ ਦਿੱਤਾ ਹੈ ਕਿ ਉਹ ਨਵਾਂ ਸਾਲ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਦੇ ਉੱਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨਾਲ ਆ ਕੇ ਮਨਾਉਣ। ਮੋਰਚੇ ਮੁਤਾਬਕ ਦੇਸ਼ ਦੇ ਕਿਸਾਨ ਮਜ਼ਦੂਰ ਕੜਾਕੇ ਦੀ ਠੰਡ ਵਿੱਚ ਆਪਣੇ ਘਰਾਂ ਤੋਂ ਦੂਰ ਸੜਕਾਂ ਦੇ ਉੱਤੇ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਰੁਕੇ ਹੋਏ ਨੇ। ਤਾਂ ਜੇ ਦੇਸ਼ ਦੇ ਲੋਕ ਕਿਸਾਨਾਂ ਨਾਲ ਨਵਾਂ ਸਾਲ ਮਨਾਉਣ ਲਈ ਆਉਣ ਤਾਂ ਇਹ ਦੇਸ਼ ਦੀ ਭਾਈਚਾਰਕ ਤੇ ਕੌਮੀ ਏਕਤਾ ਦਾ ਪ੍ਰਤੀਕ ਹੋਵੇਗਾ। ਕਿਸਾਨ ਲੀਡਰ ਬਲਵੀਰ ਸਿੰਘ ਰਾਜੀਵਾਲ ਨੇ ਕਿਹਾ ਕਿ ਸਾਰਾ ਅੰਦੋਲਨ ਅੰਦੋਲਨ ਸ਼ਾਂਤਮਈ ਰਿਹਾ ਹੈ ਤੇ ਹੜਦੰਗ ਮਚਾਉਣ ਵਾਲਿਆਂ ਤੋਂ ਸਾਰਿਆਂ ਨੇ ਸਾਵਧਾਨ ਰਹਿਣਾ ਤੇ ਇਸ ਅੰਦੋਲਨ ਦੀ ਇਹੀ ਪ੍ਰਾਪਤੀ ਹੈ ਸ਼ਾਂਤੀ ਨਾਲ ਨਵੇਂ ਸਾਲ ਦੇ ਵਿੱਚ ਪੈਰ ਰੱਖਣੇ ਨੇ ਸ਼ਾਂਤੀ ਭੰਗ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਚਾਹ ਪਰ 4 ਦਿਨ ਬਾਅਦ ਜਿੱਤਵਲ ਵਧਣਾ ਹੈ ਕਿਉਂਕਿ ਮੋਦੀ ਸਰਕਾਰ ਨੂੰ ਟੱਕਰ ਜੋ ਕਿਸਾਨਾਂ ਨੇ ਦਿੱਤੀ ਹੈ ਉਹਨਾਂ ਦੇ ਪੁਰਖੇ ਵੀ ਯਾਦ ਰੱਖਣਗੇ ਕਿਸਾਨ ਲੀਡਰ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਦਿੱਲੀ ਦੇ ਚਾਰ ਮੁੱਖ ਮਾਰਗਾਂ ਦਿੱਲੀ ਅੰਬਾਲਾ ਦਿੱਲੀ ਬਹਾਦਰਗੜ੍ਹ ਦਿੱਲੀ ਗਾਜ਼ੀਆਬਾਦ ਤੇ ਦਿੱਲੀ ਆਗਰਾ ਦੇ ਉੱਤੇ ਤਰਨੇ ਤੇ ਬੈਠੇ ਕਿਸਾਨਾਂ ਨਾਲ ਮਿਲਣ ਗੱਲਬਾਤ ਕਰਨ ਅਤੇ ਕਿਸਾਨਾਂ ਦੇ ਵੱਲੋਂ ਤਿਆਰ ਕੀਤਾ ਲੰਗਰ ਹੈ ਜਿਹੜਾ ਉਹ ਅੱਜ ਪਹੁੰਚੇ ਲੋਕ ਨੇ ਜਿਹੜੇ ਜ਼ਰੂਰ ਸ਼ਕਣੋਂ ਨੇ ਕਿਹਾ ਕਿ ਅਸੀਂ ਮੋਰਚੇ ਦੇ ਵਿੱਚ ਪੂਰੀਆਂ ਤਿਆਰੀਆਂ ਕੀਤੀਆਂ ਨੇ ਲੋਕ ਜਿਹੜੇ ਵੀ ਸਾਡੇ ਨਾਲ ਨਵਾਂ ਸਾਲ ਮਨਾਉਣ ਆਉਣਗੇ ਉਹਨਾਂ ਦੇ ਪ੍ਰਸ਼ਾਦ ਦੇ ਪਾਣੀ ਦਾ ਪੂਰਾ ਪ੍ਰਬੰਧ ਹੈ ਜਿਹੜਾ ਉਹ ਕਿਸਾਨ ਖੁਦ ਕਰਨਗੇ ਦਿੱਲੀ ਦਾ ਮੋਰਚਾ ਅੱਜ 37ਵੇਂ ਦਿਨ ਵਿੱਚ ਪਹੁੰਚ ਗਿਆ ਤੇ ਕਿਸਾਨ ਆਪਣੀਆਂ ਮੰਗਾਂ ਮੰਨਵਾਉਣ ਲਈ ਪੂਰੀ ਤਰ੍ਹਾਂ ਦੇ ਨਾਲ ਦ੍ਰਿੜ ਨੇ ਅੱਜ 1 ਜਨਵਰੀ 2021 ਹੈ ਤੇ ਵਿਚਾਲੇ 2 ਦਿਨ ਨੇ 4 ਜਨਵਰੀ 2021 ਯਾਨੀ ਕਿ ਆਉਂਦੇ ਸੋਮਵਾਰ ਨੂੰ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਮੁੜ ਕਿਸਾਨਾਂ ਦੀ ਬੈਠਕ ਹੋਣੀ ਹੈ ਪਟਨਾ ਤੇ ਰਾਜਸਥਾਨ ਦੀ ਪੁਲਿਸ ਵੱਲੋਂ ਕਿਸਾਨਾਂ ਦੇ ਉੱਤੇ ਜੋ ਤਸ਼ੱਦਦ ਢਾਇਆ ਗਿਆ ਉਸ ਦੀ ਕਿਸਾਨ ਲੀਡਰਾਂ ਨੇ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ ਤੇ ਕਿਹਾ ਕਿ ਕਿਸਾਨ ਹੁਣ ਝੁਕਣ ਵਾਲੇ ਨਹੀਂ ਤੇ ਸੰਘਰਸ਼ ਹੈ ਜਿਹੜਾ ਉਹ ਸ਼ਾਂਤੀਪੂਰਨ ਹੀ ਰਹੇਗਾ ਕਿਸਾਨ ਲੀਡਰਾਂ ਨੇ ਅਪੀਲ ਕੀਤੀ ਹੈ ਕਿ ਅਸੀਂ ਆਮ ਲੋਕਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਅੰਬਾਨੀ ਸਮੂਹ ਦੇ ਨਾਲ-ਨਾਲ ਅਡਾਨੀ ਗਰੁੱਪ ਦੇ ਉਤਪਾਦਾਂ ਦਾ ਬਾਈਕਾਟ ਕਰਨ ਦੀ ਅਪੀਲ ਕਰਦੇ ਹਾਂ। ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਦੇਸ਼ ਦੇ ਵਿਦਿਆਰਥੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਲੜਾਈ ਪੜ੍ਹਾਈ ਜਾਰੀ ਰੱਖ ਕੇ ਦੇਸ਼ ਤੇ ਵਿਸ਼ਵ ਦੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਨੂੰ ਜਥੇਬੰਦ ਕੀਤਾ ਜਾਵੇ। ਇਸ ਅੰਦੋਲਨ ਦੇ ਵਿੱਚ ਸਾਰਿਆਂ ਦੀ ਭਾਗੀਦਾਰੀ ਯਕੀਨੀ ਬਣਾਈ ਜਾਵੇ। ਕਿਸਾਨ ਲੀਡਰਾਂ ਨੇ ਮੀਡੀਆ ਦੇ ਇੱਕ ਹਿੱਸੇ ਵੱਲੋਂ ਖਾਲਸਾ ਏਡ ਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਖਿਲਾਫ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਨਿੰਦਿਆ ਕੀਤੀ ਹੈ ਤੇ ਕਿਹਾ ਕਿ ਹਰਿਆਣਾ ਦੇ ਤਾਂ तकरीबन ਹਰ ਸ਼ਹਿਰ ਹਰ ਪਿੰਡ ਨੇ ਸੰਗਤ ਦੇ ਲੰਗਰ ਲਈ ਰਾਸ਼ਨ ਭੇਟ ਕੀਤਾ ਹੈ ਕਿ ਉਹ ਸਾਰੇ ਹੀ ਅਤਵਾਦੀ ਹੋ ਗਏ। ਸ਼ਾਹਜਹਾਂਪੁਰ ਬਾਰਡਰ ਤੇ ਵੀ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਪ੍ਰਦਰਸ਼ਨ ਜਾਰੀ ਹੈ। ਸਿੰਘੂ ਬਾਰਡਰ ਦੇ ਧਰਨੇ ਦੇ ਵਿੱਚ ਕੱਲ ਲੇਖਕ ਬੁੱਧੀਜੀਵੀ ਪੱਤਰਕਾਰ ਕਵੀ ਤੇ ਸਾਹਿਤਕਾਰ ਵੀ ਸ਼ਾਮਲ ਹੋਏ। शाहजहांपुर बॉर्डर तो ये भी खबर मिली थी कि ਉਥੇ ਪੁਲਿਸ ਦਾ ਨਾਕਾ ਤੋੜ ਕੇ ਕਿਸਾਨ ਦਿੱਲੀ ਵੱਲ ਵਧਨੇ ਸ਼ੁਰੂ ਹੋ ਗਏ ਪਰ ਥੋੜੀ ਦੇਰ ਬਾਅਦ ਅਗਲੇ ਨਾਕੇ ਤੇ ਪੁਲਿਸ ਨੇ ਉਹਨਾਂ ਨੂੰ ਫੇਰ ਰੋਕ ਲਿਆ ਸੀ ਕਿਸਾਨ ਲੀਡਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਦੇਸ਼ ਦੇ ਸਾਰੇ ਜਿਹੜੇ ਕਿਸਾਨ ਹੈਗੇ ਨੇ ਉਹ ਹੁਣ ਦਿੱਲੀ ਦੇ ਮੋਰਚਿਆਂ ਤੇ ਪਹੁੰਚ ਚੁੱਕੇ ਨੇ ਪੰਜਾਬ ਤੇ ਹਰਿਆਣਾ ਤੋਂ ਇਲਾਵਾ ਬਿਹਾਰ, ਤਾਮਿਲਨਾਡੂ, ਹਾਈਦਰਾਬਾਦ, ਕੇਰਲਾ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਉੱਤਰਾਖੰਡ ਦੇ ਵਿੱਚ ਵੀ ਕਿਸਾਨ ਆਪਣੇ ਪੱਧਰ ਤੇ ਵੀ ਸੰਘਰਸ਼ ਕਰ ਰਹੇ ਨੇ ਤੇ ਦਿੱਲੀ ਮੋਰਚਿਆਂ ਦੇ ਵਿੱਚ ਵੀ ਪਹੁੰਚੇ ਹੋਏ ਨੇ ਕਿਸਾਨ ਲੀਡਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਨਵੇਂ ਬਰੇ ਦੀ ਆਮਦ ਮੌਕੇ ਕੇਂਦਰੀ ਪੰਜਾਬੀ ਲੇਖ ਸਭਾ ਦੇ ਵੱਲੋਂ ਦੁਪਹਿਰੇ 12 ਤੋਂ 2 ਵਜੇ ਤੱਕ ਵਿਸ਼ੇਸ਼ ਕਵੀ ਦਰਬਾਰ ਕਰਵਾਇਆ ਜਾਵੇਗਾ ਜ ਜਿਦੇ ਵਿੱਚ ਪ੍ਰਗਤੀਸ਼ੀਲ ਲੇਖਕ ਸਭਾ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਪ੍ਰਗਤੀਸ਼ੀਲ ਲੇਖਕ ਸੰਗਦੇ ਪ੍ਰਧਾਨ ਡਾਕਟਰ ਅਲੀ ਜავੇਦ ਸਮੇਤ ਕਈ ਹੋਰ ਲੇਖਕ ਨੇ ਜਿਹੜੇ ਉਹ ਖਾਸ ਤੌਰ ਤੇ ਸ਼ਾਮਿਲ ਹੋਣਗੇ ਇਸ ਸਿੰਘੂ ਬਾਰਡਰ ਦਾ ਜਿਹੜਾ ਮੋਰਚਾ ਹੈ ਉਸ ਦਾ ਪ੍ਰੋਗਰਾਮ ਰਾਜਸਥਾਨ ਹਰਿਆਣਾ ਹੱਦ ਦੀ ਜੇ ਗੱਲ ਕਰ ਲਈਏ ਤਾਂ ਸ਼ਾਜਹਾਂਪੁਰ ਬਾਰਡਰ ਤੇ ਟਰੈਕਟਰ ਟਰਾਲੀਆਂ ਦੇ ਨਾਲ ਪੁਲਿਸ ਬੈਰੀਕੇਡ ਤੋੜ ਕੇ ਦਿੱਲੀ ਜਾਣ ਦੀ ਕੋਸ਼ਿਸ਼ ਕਰਨ ਦੇ ਕਿਸਾਨਾਂ ਤੇ ਕੱਲ ਹਰਿਆਣਾ ਪੁਲਿਸ ਨੇ ਜਲ ਤੋਪਾਂ ਤੇ ਅਥਰੂ ਗੈਸ ਦੀ ਵਰਤੋਂ ਵੀ ਕੀਤੀ ਪੁਲਿਸ ਨੇ ਦੱਸਿਆ ਕਿ 25 ਦੇ ਕਰੀਬ ਟਰੈਕਟਰ ਬੈਰੀਕੇਡ ਤੋੜ ਕੇ ਲੰਘਣ ਵਿੱਚ ਕਾਮਯਾਬ ਹੋ ਗਏ ਜਦਕਿ ਬਾਕੀ ਕਿਸਾਨਾਂ ਨੂੰ ਸ਼ਾਹਯਹਾਪੁਰ ਰਿਵਾੜੀ ਬਾਰਡਰ ਤੇ ਹੀ ਰੋਕ ਲਿਆ ਗਿਆ ਤਿੰਨੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਇੱਥੇ ਕਈ ਦਿਨਾਂ ਤੋਂ ਧਰਨੇ ਤੇ ਬੈਠੇ ਹੋਏ ਨੇ ਰਾਜਸਥਾਨ ਤੇ ਹਰਿਆਣਾ ਦੇ ਕਿਸਾਨ ਲਗਭਗ 1 ਮਹੀਨਾ ਹੀ ਹੋ ਚੱਲਿਆ ਜਦੋਂ ਤੋਂ ਇਹਨਾਂ ਨੇ ਰੋਕਿਆ ਹੋਇਆ ਕਿਸਾਨ ਲੀਡਰਾਂ ਨੇ ਸਪਸ਼ਟ ਕੀਤਾ ਹੈ ਕਿ ਜਿਨ੍ਹਾਂ ਮੁਜ਼ਾਹਰਾਕਾਰੀਆਂ ਨੇ ਜ਼ਬਰੀ ਹਰਿਆਣਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦਾ ਸੰਘਰਸ਼ ਨਾਲ ਕੋਈ ਸੰਬੰਧ ਨਹੀਂ ਹੈ ਕਿਸਾਨ ਮਹਾਪੰਚਾਇਤ ਦੇ ਪ੍ਰਧਾਨ ਰਾਮਪਾਲ जाट ਨੇ ਕਿਹਾ ਕਿ ਅੰਦੋਲਨ ਸ਼ਾਂਤੀਪੂਰਨ ਢੰਗ ਨਾਲ ਚੱਲ ਰਿਹਾ ਪਰ ਕੁਝ ਕਿਸਾਨਾਂ ਨੇ ਹਰਿਆਣਾ ਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਉਹਨਾਂ ਤੋਂ ਜਿਹੀ ਉਮੀਦ ਨਹੀਂ ਸੀ ਜਿਸ ਤੋਂ ਬਾਅਦ ਸ਼ਾਹਜਹਾਂਪੁਰ ਦੇ ਵਿੱਚ ਕਿਸਾਨ ਲੀਡਰਾਂ ਨੇ ਅੰਦੋਲਨ ਸ਼ਾਂਤ ਵੀ ਰੱਖਣ ਦੀ ਅਪੀਲ ਵੀ ਕੀਤੀ ਬੈਰੀਕੇਡ ਤੋੜ ਕੇ ਜਿਹੜੇ ਰਾਜਸਥਾਨ ਹਰਿਆਣਾ ਟੱਪ ਗਏ ਕਿਸਾਨ ਨੇ ਉਹ ਕਿੱਥੇ ਤੱਕ ਪਹੁੰਚੇ ਨੇ ਇਸ ਬਾਰੇ ਹਾਲੇ ਤੱਕ ਕੋਈ ਖਾਸ ਜਾਣਕਾਰੀ ਨਹੀਂ ਮਿਲ ਸਕੀ ਹੈ ਉਧਰ ਦਿੱਲੀ ਆਗਰਾ ਹਾਈਵੇ ਤੇ ਕਿਸਾਨਾਂ ਦੇ ਵੱਲੋਂ ਖੇਤੀ ਕਾਨੂੰਨ ਖਿਲਾਫ ਚੱਲ ਰਿਹਾ ਦਰਨਾ ਕੱਲ 29ਵੇਂ ਦਿਨ ਵੀ ਜਾਰੀ ਰਿਹਾ ਤੇ ਕਿਸਾਨਾਂ ਨੇ ਠੰਡ ਦੇ ਮੌਸਮ ਵਿੱਚ ਮੋਦੀ ਸਰਕਾਰ ਖਿਲਾਫ ਨਾਅਰੇ ਲਾ ਕੇ ਗਰਮੀ ਬਣਾਈ ਰੱਖੀ ਇਸ ਦਰਨੇ ਵਿੱਚ ਪਲਵਲ ਤੇ ਆਸ-ਪਾਸ ਦੇ ਇਲਾਕੇ ਦੇ ਕਿਸਾਨ ਵੀ ਸ਼ਾਮਿਲ ਨੇ ਜੋ ਮਧ ਪ੍ਰਦੇਸ਼ ਤੋਂ ਆਏ ਹੋਏ ਕਿਸਾਨਾਂ ਨਾਲ ਮਿਲ ਕੇ ਇਸ ਦਰਨੇ ਨੂੰ ਕਾਇਮ ਰੱਖ ਰਹੇ ਨੇ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੋ ਮੰਗਾਂ ਮੰਨਣ ਲਈ ਹਾਮੀ ਭਰੀ ਹੈ ਪਰ ਮੁੱਖ ਮੰਗਾਂ ਨੇ ਜਿਹੜੀਆਂ ਉਹ ਮਨਵਾਉਣ ਲਈ ਅਸੀਂ ਦ੍ਰਿੜ ਹਾਂ ਤੇ ਇਸੇ ਬਾਰਡਰ ਤੇ ਯਾਨੀ ਕਿ ਪਲਵਲ ਬਾਰਡਰ ਤੇ ਲਗਾਤਾਰ ਭੁਖ ਹੜਤਾਲ ਵੀ ਜਾਰੀ ਹੈ ਤੇ ਕੱਲ ਵੀ 11 ਕਿਸਾਨਾਂ ਨੇ ਭੁਖ ਹੜਤਾਲ ਜਾਰੀ ਰੱਖੀ ਜੋ ਕਿਸਾਨ ਭੁਖ ਹੜਤਾਲ ਤੇ ਬੈਠਦੇ ਨੇ ਉਹਨਾਂ ਦੇ ਗਲਾਂ ਦੇ ਵਿੱਚ ਹਾਰ ਪਾ ਕੇ ਕਿਸਾਨ ਲੀਡਰਾਂ ਦੇ ਵੱਲੋਂ ਸਵਾਗਤ ਕੀਤਾ ਜਾਂਦਾ ਹੈ ਗਾਜ਼ੀਪੁਰ ਮੋਰਚੇ ਦੀ ਜੇ ਗੱਲ ਕਰ ਲਈਏ ਤਾਂ ਇੱਥੇ ਵੀ ਉੱਤਰਾਖੰਡ ਤੇ ਪੱਛਮੀ ਉੱਤਰ ਪ੍ਰਦੇਸ਼ ਤੇ ਨਾਲ ਬਿਹਾਰ ਦੇ ਕਿਸਾਨ ਵੀ ਡਟੇ ਹੋਏ ਨੇ ਤੇ ਗਾਜ਼ੀਪੁਰ ਦੇ ਕਿਸਾਨਾਂ ਨੇ ਵੀ ਹੁਣ ਪੱਕੇ ਟੈਂਟ ਗੱਡ ਲਏ ਨੇ ਤੇ ਲੰਬੇ ਸਮੇਂ ਦੀ ਤਿਆਰੀ ਕਰਕੇ ਇੱਥੇ ਪਹੁੰਚੇ ਨੇ ਗਾਜ਼ੀਪੁਰ ਤੇ ਟਿਕਰੀ ਦੇ ਧਰਨਿਆਂ ਦਰਮਿਆਨ ਤਾਲਮੇਲ ਕਰ ਰਹੀ ਇੱਕ ਜਾਟਨੀ ਲੀਡਰ ਬੀਬੀ ਰੋਨਿਤ ਨੇ ਦੱਸਿਆ ਕਿ ਕਿਸਾਨ ਬਾਕੀ ਮੰਗਾ ਮੰਵਾ ਕੇ ਹੀ ਦਮ ਲੈਣਗੇ ਦਖਾਲਸ ਟੀਵੀ ਦੀ ਟੀਮ ਦੇ ਵੱਲੋਂ ਵੀ ਕੱਲ ਗਾਜ਼ੀਪੁਰ ਬਾਰਡਰ ਦਾ ਦੌਰਾ ਕੀਤਾ ਗਿਆ ਸੀ ਇਸ ਦੌਰਾਨ ਸਾਨੂੰ ਪਤਾ ਲੱਗਿਆ ਕਿ ਜਿਹੜੇ ਉੱਤਰ ਪ੍ਰਦੇਸ਼ ਦੇ ਕਿਸਾਨ ਨੇ ਉਹਨਾਂ ਦੇ ਘਰਾਂ ਦੇ ਵਿੱਚ ਹੁਣ ਯੂਪੀ ਦੀ ਪੁਲਿਸ ਹੈ ਜਿਹੜੀ ਉਹ ਛਾਪੇਮਾਰੀ ਕਰ ਰਹੀ ਹੈ ਇੱਕ ਵਕੀਲ ਨੇ ਵੀ ਇਸ ਦੀ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਦਿੱਲੀ ਧਰਨੇ ਵਿੱਚ ਸ਼ਾਮਿਲ ਹੋਣ ਦੇ ਕਾਰਨ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਆ ਗਈ ਸੀ ਕਿਉਂਕਿ ਉਹਨਾਂ ਨੇ ਐਲਾਨ ਕੀਤਾ ਹੋਇਆ ਸੀ ਕਿ ਯੂਪੀ ਪੁਲਿਸ ਜਿਹੜੇ ਵੀ ਯੂਪੀ ਦੇ ਕਿਸਾਨਾਂ ਦੇ ਖਿਲਾਫ ਪਰਚੇ ਦਰਜ ਕਰਾਏਗੀ ਉਹ ਉਹਨਾਂ ਕਿਸਾਨਾਂ ਦੇ ਕੇਸ ਮੁਫਤ ਲੜਨਗੇ ਕਈ ਕਿਸਾਨਾਂ ਨੇ ਸਾਨੂੰ ਇੱਥੇ ਜਾਣਕਾਰੀ ਦਿੱਤੀ ਕਿ ਪੁਲਿਸ ਜਿਹੜੇ ਵੀ ਕਿਸਾਨ ਦਿੱਲੀ ਆਏ ਨੇ ਉਹਨਾਂ ਦੇ ਘਰਾਂ ਦੇ ਜਾ ਕੇ ਪਿੱਛੇ ਪਰਿਵਾਰਾਂ ਨੂੰ ਪਰੇਸ਼ਾਨ ਕਰ ਰਹੀ ਹੈ ਅਤੇ ਪਰਿਵਾਰਾਂ ਤੋਂ ਸਾਰੀ ਜਾਣਕਾਰੀ ਜਿਹੜੀ ਦਿੱਲੀ ਮੋਰਚੇ ਦੇ ਵਿੱਚ ਸ਼ਾਮਿਲ ਹੋਣ ਵਾਲੇ ਕਿਸਾਨਾਂ ਦੀ ਲਈ ਜਾ ਰਹੀ ਹੈ। ਐਨਾ ਹੀ ਨਹੀਂ ਜਿਹੜੇ ਯੂਪੀ ਤੋਂ ਕਿਸਾਨ ਦਿੱਲੀ ਵੱਲ ਨੂੰ ਚਾਲੇ ਪਾਉਂਦੇ ਨੇ ਉਹਨਾਂ ਨੂੰ ਰਾਹ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਪੁਲਿਸ ਦੇ ਵੱਲੋਂ ਰੋਕਿਆ ਜਾਂਦਾ ਹੈ। ਜ਼ਬਰੀ ਵਾਪਸ ਭੇਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕਿਸਾਨ ਕੋਈ ਨਾ ਕੋਈ ਹੋਰ ਰਾਹ ਅਪਣਾ ਕੇ ਦਿੱਲੀ ਪਹੁੰਚ ਹੀ ਜਾਂਦੇ ਨੇ। ਕਿਸਾਨਾਂ ਦੇ ਅੰਦੋਲਨ ਨੂੰ ਇੱਕ ਵੱਡੀ ਹਮਾਇਤ ਕੇਰਲਾ ਤੋਂ ਵੀ ਮਿਲੀ ਹੈ ਕੇਰਲਾ ਵਿਧਾਨ ਸਭਾ ਨੇ ਕੱਲ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਤਿੰਨੇ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਤੁਰੰਤ ਵਾਪਸ ਲੈ ਜਾਣ ਦੀ ਮੰਗ ਕੀਤੀ ਕੇਰਲਾ ਵਿਧਾਨ ਸਭਾ ਨੇ ਕਿਹਾ ਕਿ ਖੇਤੀ ਕਾਨੂੰਨ ਕਿਸਾਨ ਵਿਰੋਧੀ ਤੇ ਕਾਰਪੋਰੇਟ ਪੱਖੀ ਨੇ ਤੇ ਇਹ ਕਿਸਾਨੀ ਨੂੰ ਡੂੰਘੇ ਸੰਕਟ ਵਿੱਚ ਧੱਕ ਦੇਣਗੇ ਕੇਂਦਰ ਸਰਕਾਰ ਖਿਲਾਫ ਮਤੇ ਨੂੰ ਨਾ ਕੇਵਲ ਸੱਤਾਧਿਰ ਸੀਪੀਆਈਐਮ ਦੀ ਅਗਵਾਈ ਵਾਲੇ ਐਲਡੀਐਫ ਤੇ ਕਾਂਗਰਸ ਦੀ ਅਗਵਾਈ ਵਾਲੇ ਯੂਡੀਐਫ ਨੇ ਸਮਰਥਨ ਦਿੱਤਾ ਬਲਕਿ 140 ਮੈਂਬਰੀ ਸੂਬਾ ਅਸੈਂਬਲੀ ਦੇ ਵਿੱਚ ਭਾਜਪਾ ਦੇ ਇਕਲੌਤੇ ਵਿਧਾਇਕ ਉਹ ਰਾਜਗੋਪਾਲ ਨੇ ਵੀ حمایت ਦਿੱتی ਰਾਜਗੋਪਾਲ ਨੇ ਕੇਂਦਰ ਖਿਲਾਫ ਇਸ ਮਤੇ ਦੀ ਹਮਾਇਤ ਕਰਦਿਆਂ ਕਿਹਾ ਕਿ ਇਹ ਲੋਕਤੰਤਰੀ ਭਾਵਨਾ ਹੈ ਹਾਲਾਂਕਿ ਰਾਜਗੋਪਾਲ ਨੇ ਮਤੇ ਵਿੱਚਲੇ ਕੁਝ ਹਵਾਲਿਆਂ ਦਾ ਵਿਰੋਧ ਵੀ ਕੀਤਾ ਕਰੀਬ 2 ਘੰਟੇ ਚੱਲੇ ਵਿਸ਼ੇਸ਼ اجلاس ਦੇ ਦੌਰਾਨ ਮਤਾ ਪੇਸ਼ ਕਰਦਿਆਂ ਮੁੱਖ ਮੰਤਰੀ ਪਿੰਰਈ ਵਿਜੈਨ ਨੇ ਦੋਸ਼ ਲਾਇਆ ਕਿ ਕੇਂਦਰੀ ਕਾਨੂੰਨਾਂ ਵਿੱਚ ਸੋਧਾਂ ਕਾਰਪੋਰੇਟਾਂ ਨੂੰ ਫਾਇਦਾ ਪਹੁੰਚਾਉਣ ਲਈ ਕੀਤੀਆਂ ਗਈਆਂ ਨੇ ਉਨ੍ਹਾਂ ਕਿਹਾ ਕਿ ਤਿੰਨ ਵਿਵਾਦਿਤ ਕਾਨੂੰਨ ਸੰਸਦ ਦੀ ਸਟੈਂਡਿੰਗ ਕਮੇਟੀ ਨੂੰ ਭੇਜੇ ਬਿਨਾਂ ਹੀ ਪਾਸ ਕਰ ਦਿੱਤੇ ਗਏ ਜਿਸ ਕਰ ਕਿਸਾਨਾਂ ਦਾ ਇਹ ਪ੍ਰਦਰਸ਼ਨ ਜਾਰੀ ਰਹਿੰਦਾ ਤਾਂ ਖਪਤਕਾਰ ਸੂਬਾ ਕੇਰਲਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਇਹ ਕਾਨੂੰਨ ਲਾਗੂ ਹੁੰਦੇ ਨੇ ਤਾਂ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਬਾਰੇ ਤਾਕਤ ਘਟੇਗੀ ਜਿਸ ਦੇ ਨਾਲ ਕਾਰਪੋਰੇਟ ਸੈਕਟਰ ਨੂੰ ਹੀ ਲਾਹਾ ਮਿਲੇਗਾ। ਇਹਨਾਂ ਕਾਨੂੰਨਾਂ ਦੇ ਵਿੱਚ ਕਿਸਾਨਾਂ ਦੀ ਕਾਨੂੰਨੀ ਸੁਰੱਖਿਆ ਯਕੀਨੀ ਬਣਾਉਣ ਸੰਬੰਧੀ ਕੋਈ ਮਦ ਨਹੀਂ ਹੈ ਤੇ ਨਾ ਹੀ ਉਹਨਾਂ ਕੋਲ ਕਾਰਪੋਰੇਟਾਂ ਖਿਲਾਫ ਕਾਨੂੰਨੀ ਲੜਾਈ ਲੜਨ ਦੀ ਸਮਰੱਥਾ ਸਮਰੱਥਾ ਹੈ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਅੰਦੋਲਨ ਦਾ ਮੁੱਖ ਕਾਰਨ ਇਹਨਾਂ ਕਾਨੂੰਨਾਂ ਕਾਰਨ ਖੇਤੀ ਉਤਪਾਦਾਂ ਦਾ ਭਾਅ ਡਿੱਗਣਾ ਹੈ। ਖੇਤੀਬਾੜੀ ਸੂਬਿਆਂ ਦਾ ਵਿਸ਼ਾ ਹੈ ਤੇ ਇਹ ਜਿਹੜਾ ਮੁੱਦਾ ਹੈ ਜੋ ਸਿੱਧੇ ਤੌਰ ਤੇ ਸੂਬਿਆਂ ਨੂੰ ਪ੍ਰਭਾਵਿਤ ਕਰਦਾ ਹੈ ਇਸ ਕਰਕੇ ਕੇਂਦਰ ਸਰ ਇੰਡੀਆ ਨੇ ਵਿਸਤਾਰ ਦੇ ਵਿੱਚ ਚਰਚਾ ਹੋਣੀ ਚਾਹੀਦੀ ਹੈ। ਭਾਜਪਾ ਵਿਧਾਇਕ ਉਹ ਰਾਜਗੋਪਾਲ ਨੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਜੋ ਕੇਂਦਰੀ ਕਾਨੂੰਨਾਂ ਦਾ ਵਿਰੋਧ ਕਰਦੇ ਨੇ ਉਹ ਕਿਸਾਨ ਵਿਰੋਧੀ ਨੇ। ਇਸ ਮੌਕੇ ਭਾਜਪਾ ਦੇ ਵਿਧਾਇਕ ਦੀ ਜਿਹੜੀ ਕਾਰਵਾਈ ਕੁਝ ਇਸ ਤਰੀਕੇ ਦੀ ਰਹੀ ਕਿ ਉਹ ਦੋਵੇਂ ਪੱਖ ਲੈਦੇ ਨਜ਼ਰ ਆਏ। ਉਹ ਰਾਜਗੋਪਾਲ ਨੇ ਇਤਰਾਜ਼ ਪ੍ਰਗਟ ਕਰਦਿਆਂ ਇਹ ਵੀ ਕਿਹਾ ਕਿ ਜੋ ਕੇਂਦਰੀ ਕਾਨੂੰਨਾਂ ਦਾ ਵਿਰੋਧ ਕਰਦੇ ਨੇ ਉਹ ਕਿਸਾਨ ਵਿਰੋਧੀ ਨੇ। ਪਰ ਦੂਜੇ ਪਾਸੇ ਰਾਜਗੋਪਾਲ ਨੇ ਸਪੀਕਰ ਵੱਲੋਂ ਜ਼ੁਬਾਨੀ ਵੋਟ ਲਈ ਮਤਾਲਿਆਂ ਦੇ ਜਾਣ ਮੌਕੇ ਉਹਨਾਂ ਨੇ ਇਸ ਦਾ ਵਿਰੋਧ ਨਹੀਂ ਕੀਤਾ ਤੇ ਵੋਟ ਦੇ ਦਿੱਤੀ। ਅਗਲੀ ਖਬਰ ਵੀ ਸਿੱਧੇ ਜਾਂ ਸਿੱਧੇ ਤੌਰ ਤੇ ਕਿਸਾਨੀ ਦੇ ਨਾਲ ਹੀ ਜੁੜੀ ਹੋਈ ਹੈ ਕਿਉਂਕਿ ਅੱਜ ਤੋਂ ਰਿਲਾਇੰਸ ਦੀ Jio ਕੰਪਨੀ ਨੇ ਪੂਰੇ ਦੇਸ਼ ਵਾਸੀਆਂ ਦੇ ਲਈ ਸਾਰੀਆਂ ਘਰੇਲੂ ਕਾਲਾਂ ਮੁਫਤ ਕਰਨ ਦਾ ਐਲਾਨ ਕਰ ਦਿੱਤਾ ਹੈ Jio ਕੰਪਨੀ ਨੇ ਮੁਰ ਤੋਂ ਗਾਕਾਂ ਨੂੰ ਪਰਮਾਉਣ ਦੀ ਕੋਸ਼ਿਸ਼ ਕੀਤੀ ਹੈ ਤੇ 1 ਜਨਵਰੀ 2021 ਤੋਂ ਕੰਪਨੀ ਦੇ ਨੈਟਵਰਕ ਤੋਂ ਸਾਰੀਆਂ ਘਰੇਲੂ ਕਾਲਾਂ ਮੁਫਤ ਕਰ ਦਿੱਤੀਆਂ ਜਾਣਗੀਆਂ ਕਿਉਂਕਿ ਘਰੇਲੂ ਵੌਇਸ ਕਾਲਾਂ ਦੇ ਲਈ ਇੰਟਰਕਨੈਕਟਰ ਯੂਜ਼ੇਜ਼ ਚਾਰजेस ਖਤਮ ਹੋ ਗਏ ਨੇ Jio ਦੇ ਮੁਤਾਬਿਕ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦੀਆਂ ਹਦਾਇਤਾਂ ਦੇ ਮੁਤਾਬਿਕ 1 ਜਨਵਰੀ ਤੋਂ ਦੇਸ਼ ਦੇ ਵਿੱਚ ਬਿਲ ਐਂਡ ਕੀਪ ਵਿਵਸਥਾ ਲਾਗੂ ਕੀਤੀ ਜਾ ਰਹੀ ਹੈ ਜ ਜਿਹਦੇ ਨਾਲ ਸਾਰੀਆਂ ਘਰੇਲੂ ਵੌਇਸ ਕਾਲਾਂ ਤੇ ਆਯੂਸੀ ਖਤਮ ਹੋ ਜਾਏਗਾ Jio ਨੇ ਕਹਿ ਕੇ ਇੰਟਰਨੈਟ ਤੋਂ ਬਿਨਾ ਇੰਟਰਨੈਟ ਘਰੇਲੂ ਵੌਇਸ ਕਾਲ ਨੂੰ ਮੁੜ 0 ਤੇ ਲਿਆਉਣ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਦੇ ਲਈ ਕਦਮ ਚੁੱਕਿਆ ਗਿਆ ਪਰ ਕਿਤਨਾ ਕਿਤੇ Reliance Jio ਦੇ ਇਸ ਕਦਮ ਨੂੰ ਕਿਸਾਨੀ ਸੰਘਰਸ਼ ਤੋਂ ਪ੍ਰਭਾਵਿਤ ਦੱਸਿਆ ਗਿਆ ਪਰ Reliance Jio ਦੇ ਇਸ ਕਦਮ ਦੇ ਨਾਲ ਕੀ Jio ਦੇ ਜਿਹੜੇ ਗਾਹਕ ਵਾਪਸ ਗਏ ਨੇ ਕਿਸਾਨੀ ਸੰਘਰਸ਼ ਦੇ ਰੋਸ ਵਿੱਚ ਕੀ ਉਹ ਵਾਪਸ ਮੁੜਨਗੇ ਵੀ ਵੱਡਾ ਸਵਾਲ ਹੈ ਤੇ Jio ਦੇ ਕਨੈਕਸ਼ਨ ਨਾਲ ਜੁੜੀ ਇੱਕ ਹੋਰ ਵੱਡੀ ਤੇ ਅਹਿਮ ਖਬਰ ਪੰਜਾਬ ਤੋਂ ਆ ਰਹੀ ਹੈ ਕਿ Jio ਦੇ ਨੰਬਰ ਪੰਜਾਬ ਦੇ ਵਿੱਚ ਪੋਰਟ ਹੋਣੇ ਬੰਦ ਹੋ ਗਏ ਨੇ ਦਿੱਲੀ ਧਰਨੇ ਤੇ ਬੈਠੀਆਂ ਕਿਸਾਨ ਧਰਾਂ ਦੇ ਵੱਲੋਂ ਅਮਬਾਨੀ ਦੇ Jio ਮੋਬਾਈਲ ਦੇ ਬਾਈਕਾਟ ਕਰਨ ਦੇ ਐਲਾਨ ਤੋਂ ਬਾਅਦ ਪੰਜਾਬ ਦੇ ਵਿੱਚ ਕਿਸਾਨ ਤੇ ਨੌਜਵਾਨ ਲਗਾਤਾਰ Jio ਦੇ ਨੰਬਰ ਦੂਜੀਆਂ ਮੋਬਾਈਲ ਕੰਪਨੀਆਂ ਵਿੱਚ ਪੋਰਟ ਕਰਵਾ ਰਹੇ ਨੇ ਪਰ ਹੁਣ Jio ਕੰਪਨੀ ਨੇ ਵੱਧ ਦੇ ਘਾਟੇ ਦੇ ਮੱਦੇਨਜ਼ਰ ਨੰਬਰ ਪੋਰਟ ਕਰਨੇ ਹੀ ਬੰਦ ਕਰ ਦਿੱਤੇ ਨੇ ਲੁਧਿਆਣਾ ਦੇ ਵਿੱਚ ਕਿਸਾਨਾਂ ਤੇ ਆਮ ਲੋਕਾਂ ਨੇ ਦੋਸ਼ ਲਾਇਆ ਕਿ ਜਦੋਂ ਉਹ Jio ਦਾ ਮੋਬਾਈਲ ਨੰਬਰ ਪੋਰਟ ਕਰਨ ਦੇ ਲਈ 1900 ਤੇ ਮੈਸੇਜ ਕਰਦੇ ਨੇ ਤਾਂ ਅੱਗੋਂ ਮੈਸੇਜ ਫੇਲ ਆ ਰਿਹਾ ਹੈ ਜਦ ਕਿ ਪਹਿਲਾਂ ਕੰਪਨੀ ਦੇ ਵੱਲੋਂ ਨੰਬਰ ਪੋਰਟ ਕਰਨ ਦੇ ਲਈ ਇੱਕ ਕੋਡ ਭੇਜਿਆ ਜਾਂਦਾ ਸੀ ਲੁਧਿਆਣਾ ਦੇ ਕਿਸਾਨਾਂ ਦੀ ਸਮਾਜ ਸੇਵੀਆਂ ਨੇ ਹੁਣ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੂੰ ਇਸਦੀ ਸ਼ਿਕਾਇਤ ਵੀ ਭੇਜੀ ਹੈ ਕਿਉਂਕਿ ਜਦੋਂ ਵੀ ਹੁਣ ਗਾਹਕ 1900 ਨੰਬਰ ਤੇ Jio ਦਾ ਨੰਬਰ ਪੋਰਟ ਕਰਨ ਦੇ ਲਈ ਮੈਸੇਜ ਕਰਦਾ ਹੈ ਤਾਂ ਉਹ ਮੈਸੇਜ ਹੀ ਫੇਲ ਹੋ ਜਾਂਦਾ ਹੈ ਤੇ ਜਦੋਂ ਮੈਸੇਜ ਫੇਲ ਹੋ ਜਾਂਦਾ ਹੈ ਤਾਂ ਕੋਈ ਵੀ ਕੋਡ ਨਹੀਂ ਆਉਂਦਾ ਕੋਡ ਤੋਂ ਬਿਨਾ ਨੰਬਰ ਪੋਰਟ ਨਹੀਂ ਕੀਤਾ ਜਾ ਸਕਦਾ ਲੁਧਿਆਣਾ ਦੇ ਪਿੰਡ ਕਾਕੂਵਾਲ ਦੇ ਕਿਸਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 3-4 ਦਿਨਾਂ ਤੋਂ ਉਹ ਆਪਣਾ Jio ਦਾ ਨੰਬਰ ਪੋਰਟ ਕਰਵਾਉਣ ਲਈ ਮੈਸੇਜ ਕਰ ਰਹੇ ਨਹੀਂ ਪਰ ਹਰ ਵਾਰ ਮੈਸੇਜ ਫੇਲਡ ਆ ਜਾਂਦਾ ਹੈ ਇਸ ਸਬੰਧੀ ਟੈਲੀਕਮ ਕੰਪਨੀ ਨੂੰ ਵੀ ਉਹਨਾਂ ਨੇ ਸ਼ਿਕਾਇਤ ਕਰ ਦਿੱਤੀ ਹੈ ਜਿਸ ਤੇ ਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਅਜਿਹੀ ਤਕਨੀਕੀ ਪਰੇਸ਼ਾਨੀ ਆ ਰਹੀ ਹੈ ਉਹ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਭੁਪਿੰਦਰ ਸਿੰਘ ਨੇ ਕਿਹਾ ਕਿ ਹੁਣ ਉਹ ਇਸ ਸਬੰਧੀ ਟੈਲੀਕਮ ਅਥਾਰਟੀ ਨੂੰ ਹੀ ਸ਼ਿਕਾਇਤ ਕਰਨਗੇ ਆਰਟੀਆਈ ਕਾਰਕੁਨ ਕੁਲਦੀਪ ਸਿੰਘ ਖੈਰਾ ਨੇ ਕਿਹਾ ਕਿ ਪੰਜਾਬ ਵਿੱਚ ਕਰੋਨਾ ਦੀ ਗਿਣਤੀ ਵਿੱਚ Jio ਦੇ ਮੋਬਾਈਲ ਨੰਬਰ ਚੱਲ ਰਹੇ ਸਨ ਇਨਾ ਵਿੱਚ ਵੱਡੀ ਗਿੰਤ ਵਿੱਚ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਆਪਣੇ ਨੰਬਰ ਹੋਰ ਕੰਪਨੀਆਂ ਵਿੱਚ ਲੋਕ ਪੋਰਟ ਕਰਵਾਉਣ ਲੱਗ ਪਏ ਸੀ ਪਰ ਹੁਣ Jio ਨੇ ਮੋਬਾਈਲ ਨੰਬਰਾਂ ਨੂੰ ਪੋਰਟ ਕੋਡ ਦੇਣਾ ਹੀ ਬੰਦ ਕਰ ਦਿੱਤਾ ਪਹਿਲਾਂ 1900 ਤੇ ਮੈਸੇਜ ਕਰਨ ਉਪਰੰਤ ਕੁਝ ਮਿੰਟਾਂ ਵਿੱਚ ਹੀ ਪੋਰਟ ਕੋਡ ਮਿਲ ਜਾਂਦਾ ਸੀ ਪਰ ਪਿਛਲੇ 2-3 ਦਿਨਾਂ ਤੋਂ Jio ਨੇ ਇਹ ਕੋਡ ਦੇਣਾ ਬੰਦ ਕਰ ਦਿੱਤਾ ਤੇ ਹੁਣ ਮੈਸੇਜ ਫੇਲ ਆ ਜਾਂਦਾ ਹੈ ਇਸ ਸਬੰਧੀ Jio ਕੰਪਨੀ ਨੂੰ ਵੀ ਉਹਨਾਂ ਨੇ ਲਿਖਤੀ ਸ਼ਿਕਾਇਤ ਭੇਜੀ ਹੈ ਤੇ ਹੁਣ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੂੰ ਵੀ ਲਿਖਤੀ ਸ਼ਿਕਾਇਤ ਭੇਜ ਦਿੱਤੀ ਗਈ ਹੈ ਸੋ ਦਿੱਲੀ ਦੇ ਨਾਲ-ਨਾਲ ਪੂਰੇ ਪੰਜਾਬ ਦੇ ਵਿੱਚ ਵੀ ਲੱਗੇ ਮੋਰਚੇ ਲਗਾਤਾਰ ਜਾਰੀ ਨੇ ਤੇ ਕਿਸਾਨਾਂ ਦਾ ਸੰਘਰਸ਼ ਜੈਕਾਰਿਆਂ ਦੀ ਗੂੰਜ ਵਿੱਚ ਨਵੇਂ ਸਾਲ ਵਿੱਚ ਦਾਖਲ ਹੋ ਚੁੱਕਿਆ ਹੈ। 32 ਕਿਸਾਨਾਂ ਦੇ ਸੰਘਰਸ਼ ਦੇ 3 ਮਹੀਨੇ ਪੂਰੇ ਹੋ ਚੁੱਕੇ ਨੇ ਕਿਉਂਕਿ ਖਾਸ ਤੌਰ ਤੇ ਜਿਹੜਾ ਇਹ ਸੰਘਰਸ਼ ਹੈ ਉਹ 1 ਅਕਤੂਬਰ ਨੂੰ ਲੜੀਵਾਰ ਸ਼ੁਰੂ ਹੋਇਆ ਸੀ ਹਾਲਾਂਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਇਹ ਸੰਘਰਸ਼ 26 ਸਤੰਬਰ ਨੂੰ ਹੀ ਸ਼ੁਰੂ ਕਰ ਦਿੱਤਾ ਗਿਆ ਸੀ। ਉਹਨਾਂ ਦਾ ਸੰਘਰਸ਼ ਹੈ ਜਿਹੜਾ ਉਹ 100ਵੇਂ ਦਿਨ ਦੇ ਵਿੱਚ ਅੱਜ ਦਾਖਲ ਹੋ ਗਿਆ ਹੈ। ਤੇ 올ਓਵਰ ਜਿਹੜਾ ਸੰਘਰਸ਼ ਹੈ ਕਿਸਾਨਾਂ ਦਾ 1 ਅਕਤੂਬਰ ਤੋਂ ਸ਼ੁਰੂ ਹੋਇਆ ਸੀ ਜਿਹੜਾ 1 ਜਨਵਰੀ ਨੂੰ ਪੂਰੇ 3 ਮਹੀਨੇ ਪੂਰੇ ਕਰ ਚੁੱਕਿਆ ਪੰਜਾਬ ਦੇ ਵਿੱਚ ਕਿਸਾਨੀ ਖੋਲ ਦੇ ਵਿੱਚ ਡਟੇ ਕਿਸਾਨਾਂ ਨੇ ਜਾਇਕਾਰਿਆਂ ਦੀ ਗੂੰਜ ਦੇ ਨਾਲ 2020 ਨੂੰ ਅਲਵਿਦਾ ਕਹਿ ਦਿੱਤਾ ਤੇ 2021 ਦੇ ਵਿੱਚ ਪਰਵੇਸ਼ ਕੀਤਾ ਕਿਸਾਨੀ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਦ ਲਿਆ ਗਿਆ ਬੱਤੀ ਕਿਸਾਨਾਂ ਧਰਾਂ ਦੀ ਅਗਵਾਈ ਵਿੱਚ ਪੰਜਾਬ ਚ ਚੱਲ ਰਿਹਾ ਕਿਸਾਨੀ ਸੰਘਰਸ਼ ਪੂਰੇ 3 ਮਹੀਨੇ ਦਾ ਸਫ਼ਰ ਕਰਨ ਤੋਂ ਬਾਅਦ ਹੁਣ 91ਵੇਂ ਦਿਨ ਦੇ ਵਿੱਚ ਸ਼ਾਮਲ ਹੋ ਗਿਆ ਹੈ ਤੇ ਦਿੱਲੀ ਵਿੱਚ ਵੀ ਕਿਸਾਨ ਪਿਛਲੇ 36 ਦਿਨਾਂ ਤੋਂ ਮੋਰਚਿਆਂ ਤੇ ਡਟੇ ਹੋਏ ਨੇ ਕੱਲ ਵੀ ਵੱਖ-ਵੱਖ ਮੋਰਚਿਆਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਨੇ ਜਿਹੜੇ ਉਹ ਕੀਤੇ ਗਏ ਗਾਜ਼ੀਪੁਰ ਬਾਰਡਰ ਤੇ 1000 ਮੋਮਬਤੀਆਂ ਜਗਾ ਕੇ ਸੰਘਰਸ਼ ਦੇ ਵਿੱਚ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਬੁਰਾੜੀ ਦੇ ਵਿੱਚ ਜਿਹੜੇ ਕਿਸਾਨ ਡਟੇ ਹੋਏ ਨੇ 7-800 ਦੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਜਿਹੜੇ ਕਿ ਦਿੱਲੀ ਐਂਟਰ ਕਰਨ ਵੇਲੇ ਗਲਤੀ ਨਾਲ ਉੱਥੇ ਚਲੇ ਗਏ ਸੀ ਕਮਿਊਨੀਕੇਸ਼ਨ ਗੈਪ ਹੋਣ ਦੇ ਕਾਰਨ ਉਹ ਲਗਾਤਾਰ ਬੁਰਾੜੀ ਦੇ ਮੈਦਾਨ ਵਿੱਚ ਹੀ ਡਟੇ ਹੋਏ ਨੇ ਤੇ ਉਹਨਾਂ ਨੇ ਕੱਲ ਰਾਤ 12 ਵਜੇ ਨੰਗੇ ਧੜ ਪ੍ਰਦਰਸ਼ਨ ਕਰਕੇ ਨਵੇਂ ਸਾਲ ਵਿੱਚ ਦਾਖਲ ਕੀਤਾ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਲੋਕ ਵਿਰੋਧੀ ਕਾਲੇ ਕਾਨੂੰਨ ਤੇ ਦਲਿਤ ਵਿਸ਼ੇ ਬਾਰੇ ਸਾਂਝੇ ਤੌਰ ਉੱਤੇ ਪੰਜਾਬ ਭਰ ਦੇ ਵਿੱਚ ਜ਼ੋਨ ਪਧਰੀ ਕਨਵੈਨਸ਼ਨਾਂ ਕਰਨ ਦਾ ਐਲਾਨ ਕੀਤਾ ਗਿਆ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੀਮ ਪੀਟਰ ਸਮੇਤ ਹੋਰ ਲੀਡਰਾਂ ਨੇ ਜਾਣਕਾਰੀ ਦਿੱਤੀ ਕਿ ਕਨਵੈਨਸ਼ਨਾਂ ਮਾਲਵਾ ਜ਼ੋਨ ਨੰਬਰ 1 ਦੀ ਕਨਵੈਨਸ਼ਨ 5 ਜਨਵਰੀ ਨੂੰ ਸੰਗਰੂਰ ਦੁਆਬਾ ਜ਼ੋਨ ਦੀ ਕਨਵੈਨਸ਼ਨ 6 ਜਨਵਰੀ ਨੂੰ ਜਲੰਧਰ ਤੇ ਮਾਝੇ ਦੀ 7 ਜਨਵਰੀ ਨੂੰ ਅੰਮ੍ਰਿਤਸਰ ਤੇ 8 ਜਨਵਰੀ ਨੂੰ ਮਾਲਵਾ ਜ਼ੋਨ ਦੀ ਨੰਬਰ 2 ਦੀ ਕਨਵੈਨਸ਼ਨ ਮੋਗਾ ਵਿੱਚ ਹੋਵੇਗੀ ਦਿੱਲੀ ਦੇ ਬਾਰਡਰ ਤੇ ਮੋਰਚਾ ਲਾ ਕੇ ਬੈਠੇ ਕਿਸਾਨਾਂ ਦੀ ਸਫਲਤਾ ਤੇ ਸੰਘਰਸ਼ ਦੌਰਾਨ ਅਕਾਲ ਚਲਾਣਾ ਕਰ ਗਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੋਮਣੀ ਅਕਾਲੀ ਦਲ ਨੇ ਕੱਲ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅਖੰਡ ਪਾਠ ਸਾਹਿਬ ਆਰਾਮ ਕਰਵਾਏ 2 ਜਨਵਰੀ ਨੂੰ ਯਾਨੀ ਕਿ ਕੱਲ ਨੂੰ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਦਿੱਲੀ ਕਿਸਾਨ ਅੰਦੋਲਨ ਦੇ ਸ਼ਹੀਦ ਕਿਸਾਨ ਲੀਡਰ ਜਗਸੀਰ ਸਿੰਘ ਦਾ ਕੱਲ ਉਹਨਾਂ ਦੇ ਜੱਦੀ ਪਿੰਡ ਪਾਦੜਾ ਦੇ ਵਿੱਚ ਸੰਸਕਾਰ ਕਰ ਦਿੱਤਾ ਗਿਆ ਕਿਸਾਨ ਜਗਸੀਰ ਸਿੰਘ ਦੀ ਬੀਤੇ ਦਿਨ ਟਿੱਕਰੀ ਬਾਰਡਰ ਨੇੜੇ ਕਿਸੇ ਤੇਜ਼ ਰਫ਼ਤਾਰ ਟਰੱਕ ਦੀ ਲਪੇਟ ਚੋਂ ਕਾਰਨ ਮੌਤ ਹੋ ਗਈ ਸੀ ਜੰਡੇਆਲਾ ਗੁਰੂ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਲਗਾਤਾਰ ਜਿਹੜਾ ਸੰਘਰਸ਼ ਹੈ ਉਹ ਚੱਲ ਰਿਹਾ ਹੈ ਅੱਜ ਇਸ 100ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਹੈ ਠੜਾਕੇ ਦੀ ਠੰਡ ਵਿੱਚ ਬੈਠੇ ਤਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਲੀਡਰਾਂ ਨੇ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਦ ਦੁਹਰਾਇਆ ਇਸੇ ਦੌਰਾਨ ਜੰਡੇਆਲਾ ਗੁਰੂ ਦੇ ਅੰਮ੍ਰਿਤਸਰ ਜਲੰਧਰ ਮਾਰਗ ਤੇ ਸਥਿਤ ਨਿਜਰਪੁਰਾ ਟੋਲ ਪਲਾਜ਼ੇ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਦੇ ਚੌਥੇ ਦਿਨ ਕੱਲ 8 ਬੀਬੀਆਂ ਦੇ ਜਥੇ ਨੇ ਭੁੱਖ ਹੜਤਾਲ ਕੀਤੀ ਪੰਜਾਬ ਦੇ ਜਿਹੜੇ ਲੋਕ ਕਿਸਾਨੀ ਸੰਘਰਸ਼ ਦੇ ਵਿੱਚ ਨਹੀਂ ਵੀ ਦਾਖਲ ਹੋ ਸਕਦੇ ਜਾਂ ਫਿਰ ਅੱਜ ਦੇ ਦਿਨ ਦਿੱਲੀ ਨਹੀਂ ਪਹੁੰਚ ਸਕਦੇ ਉਹ ਆਪੋ ਆਪਣੇ ਤੌਰ ਤੇ ਕਿਸਾਨਾਂ ਨੂੰ ਸਮਰਪਿਤ ਹੀ ਨਵਾਂ ਸਾਲ ਮਨਾ ਰਹੇ ਨੇ ਪਟਿਆਲਾ ਦੇ ਵਿੱਚ ਸਕੂਲ ਅਧਿਆਪਕਾਵਾਂ ਨੇ ਕਿਸਾਨਾਂ ਦੇ ਰੂਪ ਦੇ ਵਿੱਚ ਸਾਡਾ ਵਸਤਾ ਰਹੇ ਪੰਜਾਬ ਦਾ ਸੁਨੇਹਾ ਦੇ ਕੇ ਨਵੇਂ ਸਾਲ 2021 ਦਾ ਸਵਾਗਤ ਕੀਤਾ। ਉਹਨਾਂ ਨੇ ਸਿਰ ਦੇ ਉੱਤੇ ਹਰੇ ਰੰਗ ਦੀਆਂ ਦਸਤਾਰਾਂ ਬੰਨ੍ਹੀਆਂ ਤੇ ਹੱਥਾਂ ਵਿੱਚ ਫੁੱਲਾਂ ਦੇ ਗੁਲਦਸਤੇ ਲੈ ਕੇ ਨਵੇਂ ਸਾਲ ਦੀ ਆਮਦ ਤੇ ਵੈਲਕਮ ਕੀਤਾ। ਨਵੇਂ ਬਾਰੇ ਮੌਕੇ ਨਵੀਆਂ ਉਮੀਦਾਂ ਵੀ ਜਗ ਰਹੀਆਂ ਨੇ। ਪੰਜਾਬੀ ਮਨ ਰਹੀ ਨੇ ਕਿ ਪੰਜਾਬ ਦੇ ਵਿੱਚ ਨਵਾਂ ਸੂਰਜ ਚੜ੍ਹੇਗਾ ਪੰਜਾਬ ਦਾ ਨਸੀਬ ਬਣੇਗਾ ਕਿਸਾਨਾਂ ਦਾ ਸੰਘਰਸ਼ ਮਾਨਸਾ ਦੀ ਬਜ਼ੁਰਗ ਪ੍ਰੀਤਮ ਕੌਰ ਦੇ ਪੋਤੇ ਪਹਿਲਾਂ ਵਿਦੇਸ਼ ਜਾਣਾ ਚਾਹੁੰਦੇ ਸੀ ਪਰ ਹੁਣ ਉਹਨਾਂ ਦਾ ਮਨ ਬਦਲ ਗਿਆ ਹੈ ਬਜ਼ੁਰਗ ਪ੍ਰੀਤਮ कौर ਦੱਸਦੀ ਹੈ ਕਿ ਕਿਸਾਨੀ ਘੋਲ ਨੇ ਨਵੇਂ ਸਬਕ ਲੋਕਾਂ ਨੂੰ ਦਿੱਤੇ ਨੇ ਤੇ ਉਹਨਾਂ ਦੇ ਪੋਤੇ ਹੁਣ ਵਧੇਰੇ ਜ਼ਿੰਮੇਵਾਰ ਬਣੇ ਨੇ ਦਿੱਲੀ ਮੋਰਚੇ ਵਿੱਚ ਬੈਠੇ ਖਮਾਣਾਉਂ ਦੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਨਵੇਂ ਸਾਲ ਵਿੱਚ ਲੀਡਰਾਂ ਨੂੰ ਅਕਲ ਆਵੇ ਤੇ ਪ੍ਰਮਾਤਮਾ ਜਿਹੀ ਲੀਡਰਾਂ ਨੂੰ ਸਮੱਤ ਬਖਸ਼ੇ ਇਹੀ ਅਸੀਂ ਅਰਦਾਸ ਕਰਦੇ ਹਾਂ ਤੇ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਵਾ ਕੀਤਾ ਹੈ ਕਿ ਦਿੱਲੀ ਦੇ ਕਿਸਾਨੀ ਘੋਲ ਦੇ ਵਿੱਚ ਅਕਾਲੀ ਦਲ ਮੋਰੀ ਭੂਮਿਕਾ ਨਿਭਾ ਰਿਹਾ ਹੈ सुबीर so, बादल ਨੇ ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਤਾਨਾਸ਼ਾਹ ਵਾਂਗ ਕੰਮ ਕਰ ਰਹੇ ਨੇ ਤੇ ਦੇਸ਼ ਦੇ ਸੂਬਿਆਂ ਦੇ ਅਧਿਕਾਰ ਆਪਣੇ ਹੱਥ ਦੇ ਵਿੱਚ ਜ਼ਬਰਦਸਤੀ ਲੈ ਰਹੇ ਨੇ ਕੇਂਦਰ ਨੂੰ ਜ਼ਿੱਦ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਕਿਸਾਨਾਂ ਦੀ ਹਮਾਇਤ ਦੀ ਗੱਲ ਕਰ ਲਈਏ ਤਾਂ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਗਾਜ਼ੀਪੁਰ ਪਹੁੰਚੇ ਹੋਏ ਬੋਧੀ ਪਿਖਸ਼ੂਆਂ ਦੇ ਇੱਕ ਗਰੁੱਪ ਨੇ ਸਿੰਘੂ ਬਾਰਡਰ ਪਹੁੰਚ ਕੇ ਕਿਸਾਨਾਂ ਨੂੰ ਹਮਾਇਤ ਦਿੱਤੀ ਲਖਨਊ ਤੋਂ ਪਹੁੰਚੇ ਇਸ ਗਰੁੱਪ ਦੇ ਇੱਕ ਬੋਧੀ ਪਿਖਸ਼ੂ ਨੇ ਦੱਸਿਆ ਕਿ ਉਹ 100 ਤੋਂ ਜ਼ਿਆਦਾ ਦੀ ਗਿਣਤੀ ਵਿੱਚ ਹਨ ਤੇ ਲਖਨਊ ਦੇ ਇੱਕ ਮੱਠ ਤੋਂ ਆਏ ਹੋਏ ਨੇ ਨੌਜਵਾਨ ਬੋਧੀ ਨੇ ਕਿਹਾ ਕਿ ਇਹ ਇੱਕ ਕੌਮਾਂਤਰੀ ਘਟਨਾ ਹੈ ਤੇ ਉਹ ਇਸ ਦਾ ਹਿੱਸਾ ਬਣ ਲਈ ਆਏ ਨੇ ਆਪਣੇ ਰਵਾਇਤੀ ਪਹਿਰਾਵੇ ਵਿੱਚ ਕਿਸਾਨ ਮੋਰਚਿਆਂ ਦੀ ਖਿੱਚ ਦਾ ਕੇਂਦਰ ਬਣੇ ਇਹ ਬੋਧੀ ਨਿਹੰਗ ਸਿੰਘਾਂ ਨੂੰ ਵੀ ਮਿਲੇ ਟਿਕਰੀ ਬਾਰਡਰ ਤੇ ਮੋਰਚਾ ਗੱਡ ਕੇ ਬੈਠੇ ਪਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਸਰਕਾਰ ਢੈਲੀ ਜ਼ਰੂਰ ਪਈ ਹੈ ਪਰ ਕਾਨੂੰਨ ਰੱਦ ਕਰਨ ਨੂੰ ਹਾਲੇ ਤਿਆਰ ਨਹੀਂ ਹੈ ਤੇਨਾ ਲੀਡਰਾਂ ਨੇ ਕਿਹਾ ਕਿ ਲੋਕ ਮਾਰੂ ਸਾਰੇ ਕਾਨੂੰਨਾਂ ਦੀ ਵਾਪਸੀ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਕਿਉਂਕਿ ਹਾਲੇ ਤੱਕ ਕੇਂਦਰ ਸਰਕਾਰ ਕਾਨੂੰਨ ਰੱਦ ਕਰਨ ਨੂੰ ਮਾਨਸਿਕ ਤੌਰ ਤੇ ਤਿਆਰ ਨਹੀਂ ਹੈ ਤੇ ਇਹ ਸੰਘਰਸ਼ ਹਾਲੇ ਹੋਰ ਲੰਬਾ ਚੱਲੇਗਾ ਇਸ ਮੌਕੇ ਕਿਸਾਨ ਲੀਡਰਾਂ ਨੇ ਇਹਨਾਂ ਖਬਰਾਂ ਦਾ ਵੀ ਖੰਡਨ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ 50% ਦੀ ਮੰਗਾਂ ਮੰਨ ਲਈਆਂ ਨੇ ਕਿਸਾਨ ਲੀਡਰਾਂ ਨੇ ਇਸ ਬਿਆਨ ਨੂੰ ਗੁੰਮਰਾਹਕੁੰਨ ਤੇ ਝੂਠਾ ਕਰਾਰ ਦਿੱਤਾ ਹੈ ਦਿੱਲੀ ਮੋਰਚੇ ਲਈ ਜਾ ਰਹੇ ਇੱਕ ਹੋਰ ਕਿਸਾਨ ਦੀ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਚਮਕੌਰ ਸਾਹਿਬ ਮੋਰਿੰਡਾ ਸੜਕ ਤੇ ਸਥਿਤ ਗੁਰਦੁਆਰਾ ਸ਼੍ਰੀ ਬੁੰਗਾ ਸਾਹਿਬ ਦੇ ਨੇੜੇ ਕੱਲ ਤੜਕੇ 5 ਵਜੇ ਦੇ ਕਰੀਬ ਦਿੱਲੀ ਵਿੱਚ ਚੱਲ ਰਹੀ ਕਿਸਾਨੀ ਸੰਘਰਸ਼ ਵਿੱਚ ਹਿੱਸਾ ਲੈਣ ਜਾ ਰਹੇ ਕਿਸਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਾਨ ਗਵਾਉਣ ਵਾਲਾ ਕਿਸਾਨ ਗੁਰਮੀਤ ਸਿੰਘ ਹੈ ਜੋ ਕਿ ਪਿੰਡ ਖੋਖਰਾਂ ਦਾ ਰਹਿਣ ਵਾਲਾ ਹੈ। ਕੱਲ ਸਵੇਰੇ 5 ਵਜੇ ਦੇ ਕਰੀਬ ਆਪਣੇ ਮੋਟਰਸਾਈਕਲ ਤੇ ਮੁਹਾਲੀ ਜਾ ਰਿਹਾ ਸੀ। ਮੁਹਾਲੀ ਤੋਂ ਆਪਣੇ ਦੋਸਤਾਂ ਨਾਲ ਕਿਸਾਨੀ ਸੰਘਰਸ਼ ਦੇ ਵਿੱਚ ਹਿੱਸਾ ਲੈਣ ਲਈ ਉਸਨੇ ਦਿੱਲੀ ਜਾਣਾ ਸੀ ਪਰ ਜਦੋਂ ਗੁਰਦੁਆਰਾ ਸ਼੍ਰੀ ਬੁੰਗਾ ਸਾਹਿਬ ਕੋਲ ਪਹੁੰਚਿਆ ਤਾਂ ਜਨ ਕਾਰਨ ਉਸਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਸੜਕ ਤੇ ਡਿੱਗ ਕੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਦੁਨੀਆ ਭਰ ਦੇ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ 52 ਪੰਜਾਬ ਦੇ ਖਿਡਾਰੀ ਕੇਂਦਰ ਸਰਕਾਰ ਦੇ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਖਿਲਾਫ ਆਪਣੇ ਪੁਰਸਕਾਰ ਵਾਪਸ ਕਰਨ ਲਈ ਪਹਿਲਵਾਨ ਕਰਤਾਰ ਸਿੰਘ ਦੀ ਅਗਵਾਈ ਵਿੱਚ ਮੋੜ ਦਿੱਲੀ ਲਈ ਰਵਾਨਾ ਹੋਏ। ਇਹਨਾਂ ਵਿੱਚੋਂ ਕਰੀਬ ਅੱਧੀ ਦਰਜਨ ਖਿਡਾਰੀਆਂ ਦਾ ਮੰਡੀ ਗੋਬਿੰਦਗੜ ਦੇ ਵਿਕਾਸਨਗਰ ਵਿੱਚ ਸਾਬਕਾ ਕੌਂਸਲਰ ਰਾਹੁਲ ਸੋਫਤ ਦੀ ਅਗਵਾਈ ਵਿੱਚ ਸਵਾਗਤ ਕੀਤਾ ਗਿਆ। ਖਿਡਾਰੀਆਂ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂੰਜੀਪਤੀ ਘਰਾਣਿਆਂ ਨੂੰ ਖੁਸ਼ ਕਰਨ ਲਈ ਸਾਰੇ ਦੇਸ਼ ਦੇ 90% ਲੋਕਾਂ ਦਾ ਗਲਾ ਘੁੱਟਣਾ ਚਾਹੁੰਦੇ ਨੇ। ਖਿਡਾਰੀਆਂ ਨੇ ਇਲਜ਼ਾਮ ਲਾਇਆ ਕਿ ਅਸੀਂ ਪਹਿਲਾਂ ਵੀ ਦੋ ਵਾਰ ਰਾਸ਼ਟਰੀ ਪਤੀ ਤੋਂ ਆਪਣੇ ਪੁਰਸਕਾਰ ਵਾਪਸ ਕਰਨ ਲਈ ਸਮਾਂ ਮੰਗ ਚੁੱਕੇ ਹਨ ਪਰ ਸਾਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ ਇਸ ਵਕਤ ਪੰਜਾਬ ਦੇ ਵਿੱਚ 52 ਖਿਡਾਰੀ ਨੇ ਜਿਹੜੇ ਪੁਰਸਕਾਰ ਵਾਪਸ ਕਰਨ ਦਾ ਐਲਾਨ ਕਰ ਚੁੱਕੇ ਨੇ ਪਰ ਇਹਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਪਹਿਲਵਾਨ ਕਰਤਾਰ ਸਿੰਘ ਨੇ ਦੱਸਿਆ ਕਿ ਅਸੀਂ ਆਪਣੇ ਸਾਥੀਆਂ ਸਮੇਤ ਸਿੰਘੂ ਬਾਰਡਰ ਤੇ ਬੈਠੇ ਕਿਸਾਨਾਂ ਤੇ ਨੌਜਵਾਨਾਂ ਦੇ ਲਈ 3000 ਕਿਤਾਬਾਂ ਵੀ ਲਿਆ ਰਹੇ ਹਾਂ। ਚੰਡੀਗੜ੍ਹ ਦੇ ਵਿੱਚ ਭਾਜਪਾ ਦੇ ਕੌਮੀ ਜਰਨਲਿਸਟ ਕਤਰ ਤੇ ਭਾਜਪਾ ਪੰਜਾਬ ਦੇ ਸੂਬਾ ਇੰਚਾਰਜ ਦੁਸ਼ਯੰਤ ਗੋਤਮ ਨੇ ਪੰਜਾਬ ਪੁਲਿਸ ਦੀ ਭੂਮਿਕਾ ਨੂੰ ਪੱਖਪਤੀ ਦੱਸਦਿਆਂ ਕਿਹਾ ਕਿ ਪੰਜਾਬ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਪੰਜਾਬ ਦੇ ਵਿੱਚ ਭਾਜਪਾ ਲੀਡਰਾਂ ਤੇ ਵਰਕਰਾਂ ਦੇ ਘਰੇ ਮੂਹਰੇ ਬੈਠਣ ਦੀ ਆਗਿਆ ਦਿੱਤੀ ਹੋਈ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ 1500 ਤੋਂ ਵੱਧ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਜਿਸ ਦੇ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਪਰ ਪ ਮੂਕ ਦਰਸ਼ਕ ਬਣੀ ਹੋਈ ਹੈ ਦੁਸ਼ਯੰਤ ਗੋਤਮ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਕਾਂਗਰਸ ਪਾਰਟੀ ਸੂਬੇ ਵਿੱਚ ਆਪਣੀ ਕਨਾਉਣੀ ਸਿਆਸਤ ਕਰਕੇ ਹਿੰਸਾ ਤੇ ਨਫ਼ਰਤ ਦਾ ਮਾਹੌਲ ਪੈਦਾ ਕਰਨ ਚ ਲੱਗੀ ਹੋਈ ਹੈ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦਲਿਤ ਵਿਰੋਧੀ ਹੈ ਦੇਸ਼ ਦੇ ਲੋਕ ਕਾਂਗਰਸ ਦੇ ਅਸਲ ਚਿਹਰੇ ਨੂੰ ਪਛਾਣਦੇ ਨੇ ਇਸ ਕਰਕੇ ਲੋਕ ਉਹਨਾਂ ਦੇ ਚਾਂਸੇ ਵਿੱਚ ਨਹੀਂ ਆਉਣਗੇ ਉਦਰ ਬੀਜੇਪੀ ਦੇ ਪੰਜਾਬ ਚ ਲੀਡਰ ਹਰਜੀਤ ਗਰੇਵਾਲ ਵੱਲੋਂ ਕਾਨੂੰਨਾਂ ਦੇ ਹੱਕ ਵਿੱਚ ਕੀਤੀਆਂ ਟਿੱਪਣੀਆਂ ਤੋਂ ਖਫਾ ਭਾਜਪਾ ਕਿਸਾਨ ਸੈੱਲ ਦੇ ਬਨੂੜ ਮੰਡਲ ਦੇ ਪ੍ਰਧਾਨ ਨੰਬਰਦਾਰ ਕੁਲਵੀਰ ਸਿੰਘ ਖਾਸਪੁਰ ਅਤੇ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਸਾਬਕਾ ਮੈਂਬਰ ਬਲਵੀਰ ਸਿੰਘ ਖਾਸਪੁਰ ਨੇ ਬੀਜੇਪੀ ਤੋਂ ਅਸਤੀਫਾ ਦੇ ਦਿੱਤਾ ਹੈ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਨੇ ਲਿਖੇ ਅਸਤੀਫੇ ਚ ਦੱਸਿਆ ਕਿ ਉਹ ਕਿਸਾਨ ਹਨ ਅਤੇ ਆਪਣੀ ਘਰੇਲੂ ਜ਼ਮੀਨ ਵਿੱਚ ਖੇਤੀ ਕਰਕੇ ਪਰਿਵਾਰ ਪਾਲਦੇ ਨੇ ਪਹਿਲਾ ਕਿਸਾਨ ਹਾਂ ਤੇ ਪਾਰਟੀ ਆਗੂ ਬਾਅਦ ਵਿੱਚ ਨੇ ਉਹਨਾਂ ਕਿਹਾ ਕਿ ਅਸੀਂ ਹਰਜੀਤ ਗਰੇਵਾਲ ਦੇ ਬਿਆਨਾਂ ਤੋਂ ਬਹੁਤ ਖਫਾ ਹਾਂ ਇਸ ਕਰਕੇ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਕਿਸਾਨਾਂ ਦੇ ਨਾਲ ਖੜੇ ਹਾਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਕਾਂਗਰਸ ਸੂਬਾ ਵਿਧਾਨ ਸਭਾ ਦਾ ਵਿਸ਼ੇਸ਼ اجلاس ਚਾਹੁੰਦੀ ਹੈ ਤਾਂ ਜੋ ਮਨੋਰ ਲਾਲ ਖੱਟਰ ਦੀ ਸਰਕਾਰ ਵਿਰੁੱਧ ਬੇਪਰੋਸਗੀ ਦਾ ਮਤਾ ਲਿਆਂਦਾ ਜਾ ਸਕੇ ਪਰ ਇਸ ਮੁੱਦੇ ਤੇ ਕਈ ਵਾਰੀ ਅਸੀਂ ਰਾਜਪਾਲ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਪਰ ਹਾਲੇ ਤੱਕ ਸਾਨੂੰ ਮੁਲਾਕਾਤ ਲਈ ਸਮਾਂ ਹੀ ਨਹੀਂ ਮਿਲਿਆ ਹੁਡਾ ਨੇ ਕਿਹਾ ਸੀ ਪਹਿਲਾਂ ਰਾਜਪਾਲ ਨੂੰ ਵਿਸ਼ੇਸ਼ ਇਜਲਾਸ ਸੱਦਨ ਦੀ ਬੇਨਤੀ ਕਰਦਿਆਂ ਚਿੱਠੀ ਲਿਖੀ ਸੀ ਜਿਸ ਵਿੱਚ ਕਿਹਾ ਸੀ ਕਿ ਕਾਂਗਰਸ ਬੇਪਰੋਸਗੀ ਦਾ ਮਤਾ ਲੈਣਾ ਚਾਹੁੰਦੀ ਹੈ ਕਿਉਂਕਿ ਇਹ ਸਰਕਾਰ ਲੋਕਾਂ ਤੇ ਵਿਧਾਇਕਾਂ ਦਾ ਭਰੋਸਾ ਗਵਾ ਚੁੱਕੀ ਹੈ ਸਾਨੂੰ ਕੋਈ ਜਵਾਬ ਨਹੀਂ ਮਿਲਿਆ ਸੀ ਸਮਾਂ ਵੀ ਮੰਗਿਆ ਪਰ ਫਿਰ ਵੀ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ ਉਧਰ ਨਵਾਂ ਸਾਲ ਕਿਸਾਨਾਂ ਦੇ ਨਾਲ ਮਨਾਉਣ ਦੇ ਲਈ ਭੋਜਨ ਸਮਾਜ ਪਾਰਟੀ ਦਾ ਇੱਕ ਕਾਫਲਾ ਸਿੰਘੂ ਬਾਰਡਰ ਦੇ ਲਈ ਕੱਲ ਰਵਾਨਾ ਹੋਇਆ ਪਾਰਟੀ ਲੀਡਰਾਂ ਦੀ ਅਗਵਾਈ ਦੇ ਵਿੱਚ ਸੈਂਕੜੇ ਪਾਰਟੀ ਵਰਕਰਾਂ ਦਾ ਕਾਫਲਾ ਹਲਕਾ ਘਨੌਰ ਵਿੱਚ ਪੈਂਦੇ ਸ਼ੰਭੂ ਅੱਡੇ ਤੋਂ ਦਿੱਲੀ ਅਮ੍ਰਿਤਸਰ ਜੀਟੀ ਰੋਡ ਰਾਹੀਂ ਦਿੱਲੀ ਦੇ ਸਿੰਘੂ ਬਾਰਡਰ ਲਈ ਰਵਾਨਾ ਹੋਇਆ ਇਸ ਮੌਕੇ ਬਸਪਾ ਕਾਰਕੁਨਾਂ ਦੇ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਕਿਸਾਨਾਂ ਦਾ ਕੂਚ ਵੀ ਲਗਾਤਾਰ ਜਾਰੀ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲੋਕ ਟਰੈਕਟਰ ਦੇ ਪਿੱਛੇ ਦੋ-ਦੋ ਟਰਾਲੀਆਂ ਬਣ ਕੇ ਉਸੇ ਤਰੀਕੇ ਨਾਲ ਦਿੱਲੀ ਪਹੁੰਚ ਰਹੇ ਨੇ ਤੇ ਟਰੈਕਟਰ ਟਰਾਲੀਆਂ ਤੋਂ ਇਲਾਵਾ ਮੋਟਰਸਾਈਕਲਾਂ ਜਾਂ ਫਿਰ ਕਾਰਾਂ ਦੇ ਵਿੱਚ ਵੀ ਲੋਕ ਜਿਹੜਾ ਵੀ ਵਾਹਨ ਉਹਨਾਂ ਕੋਲ ਹੈ ਉਸ ਦੇ ਵਿੱਚ ਸਵਾਰ ਹੋ ਕੇ ਦਿੱਲੀ ਮੋਰਚਿਆਂ ਦੇ ਵਿੱਚ ਲਗਾਤਾਰ ਸ਼ਾਮਿਲ ਹੋ ਰਹੇ ਨੇ ਮੋਰਚਿਆਂ ਵਿੱਚ ਸ਼ਮੂਲੀਅਤ ਕਰਨ ਵਾਲੇ ਵਾਹਨਾਂ ਦਾ ਪਤਾ ਉਹਨਾਂ ਦੇ ਉੱਤੇ ਲੱਗੇ ਕਿਸਾਨੀ ਦੇ ਝੰਡਿਆਂ ਤੋਂ ਲੱਗ ਜਾਂਦਾ ਹੈ ਜਿਹੜੇ ਵੀ ਵਾਹਨ ਦੇ ਉੱਤੇ ਕਿਸਾਨੀ ਦਾ ਝੰਡਾ ਲੱਗਿਆ ਹੈ ਜਿਸ ਦਾ ਮਤਲਬ ਹੁੰਦਾ ਹੈ ਕਿ ਇਹ ਲੋਕ ਮੋਰਚੇ ਦੇ ਵਿੱਚ ਪਹੁੰਚਣ ਵਾਲੇ ਨੇ ਤੇ ਸੜਕਾਂ ਦੇ ਉੱਤੇ ਲਗਾਤਾਰ ਅਜਿਹੇ ਵਾਹਨ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਦਿਖਾਈ ਦਿੰਦੇ ਨੇ ਲੇਰਕੋਟਲਾ ਦੇ ਸਮਾਜ ਸੇਵਕ ਤੇ ਐਨ ਆਰ ਆਈ ਸਾਬਕਾ ਸਰਪੰਚ ਅਵਤਾਰ ਸਿੰਘ ਕਨੇਡਾ ਪਿੰਡ ਮਾਨ ਮਾਜਰਾ ਤੇ ਉਹਨਾਂ ਦੇ ਪੁੱਤਰ ਸਿਮਰਦੀਪ ਸਿੰਘ ਮਾਨ ਕਨੇਡਾ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਸੰਘਰਸ਼ ਵਿੱਚ ਸ਼ਾਮਲ ਹੋਣ ਵਾਲੀਆਂ ਜਥੇਬੰਦੀਆਂ ਤੇ ਕਿਸਾਨਾਂ ਦੇ ਟਰੈਕਟਰਾਂ ਵਾਸਤੇ ਮੁਫਤ ਡੀਜ਼ਲ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਇੱਕ ਨੰਬਰ ਵੀ ਦਿੱਤਾ ਹੈ ਕਿ ਮੋਬਾਈਲ ਨੰਬਰ 985530240 ਤੇ ਸੰਪਰਕ ਕਰਕੇ ਕਿਸਾਨ ਮੁਫਤ ਡੀਜ਼ਲ ਦੇ ਲਈ ਪਰਚੀ ਲੈ ਸਕਦੇ ਨੇ। ਪੰਜਾਬ ਦੇ ਮੁੱਖ ਮੰਤਰੀ ਨੇ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ ਹੈ ਅੱਜ ਦੇ ਪੰਜਾਬੀ ਅਖਬਾਰਾਂ ਦੇ ਵਿੱਚ ਵੱਡੇ ਵੱਡੇ ਪਰਚੇ ਨੇ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਛਾਪੇ ਗਏ ਨੇ ਜਿਸ ਦੇ ਵਿੱਚ ਲਿਖਿਆ ਹੈ ਕਿ ਪੰਜਾਬ ਸਰਕਾਰ ਤੁਹਾਡੇ ਸਭ ਲਈ ਨਵਾਂ ਸਾਲ 2021 ਖੁਸ਼ੀਆਂ ਭਰਿਆ ਸਿਹਤਮੰਤ ਤੇ ਸੁਰੱਖਿਅਤ ਹੋਣ ਦੀ ਕਾਮਨਾ ਕਰਦੀ ਹੈ ਮੁੱਖ ਮੰਤਰੀ ਨੇ ਆਪਣੀ ਵਿਧਾਈ ਦੇ ਵਿੱਚ ਕਰੋਨਾ ਵਾਇਰਸ ਦੀ ਜ਼ਿਆਦਾ ਗੱਲ ਕੀਤੀ ਹੈ ਉਹਨਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਤੁਹਾਡੀ ਅਜੇਤੂ ਭਾਵਨਾ ਤੇ ਸਾਡੇ ਕਰੋਨਾ ਯੋਧਿਆਂ ਦੀ ਅਡੋਲ ਵਚਨਬੱਧਤਾ ਸਾਨੂੰ ਜੇਤੂ ਹੋ ਕੇ ਉਭਰਨ ਵਿੱਚ ਸਹਾਇੀ ਹੋਵੇਗੀ ਤੇ ਅਸੀਂ ਪੰਜਾਬ ਨੂੰ ਸ਼ਾਨਦਾਰ ਭਵਿੱਖ ਵੱਲ ਵਾਧਾ ਦੇਖਾਂਗੇ ਤੇ ਮੈਂ ਆਪ ਸਭ ਨੂੰ ਨਵੇਂ ਬਰੇ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਹਾਂ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਕੋਵਿਡ-19 ਵਿਰੁੱਧ ਸਰਕਾਰ ਦੀ ਜੰਗ ਤੇ ਇੱਕ ਨਜ਼ਰ ਦਿਖਾਉਂਦੀਆਂ ਪ੍ਰਾਪਤੀਆਂ ਨੇ ਜਿਹੜੀਆਂ ਉਹ ਵੀ ਗਿਣਵਾਈਆਂ ਨੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵੱਲੋਂ ਜਾਰੀ ਕੀਤੇ ਪਰਚੇ ਨੂੰ ਤੁਸੀਂ ਅੱਜ ਦੇ ਕਿਸੇ ਵੀ ਅਖਬਾਰ 'ਚ ਪੜ੍ਹ ਸਕਦੇ ਹੋ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਉਮੀਦ ਜਤਾਈ ਹੈ ਕਿ 4 ਜਨਵਰੀ ਨੂੰ ਹੋਣ ਵਾਲੀ ਬੈਠਕ ਹੈ ਜਿਹੜੀ ਉਹ ਵੀ ਬਹੁਤ ਪੋਜ਼ਿਟਿਵ ਹੋਵੇਗੀ, ਸਕਾਰਾਤਮਕ ਹੋਵੇਗੀ। ਉਹਨਾਂ ਕਿਹਾ ਕਿ ਕੜਕ ਦੀ ਠੰਡ ਵਿੱਚ ਕਿਸਾਨਾਂ ਨੇ ਅੰਦੋਲਨ ਸ਼ੁਰੂ ਕਰ ਦਿੱਤਾ। ਕਿਸਾਨ ਸਾਡੇ ਆਪਣੇ ਭਰਾ ਨੇ ਪਰ ਨਾ ਸਮਝੀ ਕਾਰਨ ਕੁਝ ਲੋਕਾਂ ਨੇ ਕਿਸਾਨਾਂ ਨੂੰ ਪਰਮਾ ਦਿੱਤਾ ਜਾਂ ਫਿਰ ਸਿਆਸੀ ਪਾਰਟੀਆਂ ਨੇ ਆਪਣੇ ਹਿੱਤਾਂ ਲਈ ਉਹਨਾਂ ਨੂੰ ਉਕਸਾ ਦਿੱਤਾ ਜਿਸ ਦੇ ਕਰਕੇ ਅੰਦੋਲਨ ਸ਼ੁਰੂ ਹੋਇਆ। ਹੁਣ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਨੁਮਾਇੰਦੇ ਰਾਹ ਲੱ ਕਿਸਾਨਾਂ ਤੇ ਕੇਂਦਰ ਸਰਕਾਰ ਨੂੰ ਵਧਾਈ ਦਿੰਦਾ ਕਿ ਇੱਕ ਸਕਾਰਾਤਮਕ ਵਾਤਾਵਰਨ ਬਣਿਆ ਹੋਇਆ। ਉਹ ਕਹਿੰਦੇ ਨੇ ਕਿ 30 ਦਸੰਬਰ ਦੀ ਗੱਲਬਾਤ ਵਿੱਚ ਕੁਝ ਗੱਲਾਂ ਮੰਨੀਆਂ ਗਈਆਂ ਤੇ 4 ਜਨਵਰੀ ਨੂੰ ਮੀਟਿੰਗ ਜਿਹੜੀ ਹੋਣ ਜਾ ਰਹੀ ਹੈ ਮੈਨੂੰ ਉਮੀਦ ਹੈ ਬਾਕੀ ਵਿਸ਼ਿਆਂ ਤੇ ਵੀ ਸਹਿਮਤੀ ਬਣੇਗੀ। ਚੰਗਾ ਹੀ ਹੋਵੇਗਾ ਠੰਡ ਹੈ ਅੰਦੋਲਨ ਜਲਦੀ ਖਤਮ ਹੋਣ ਦੀ ਉਮੀਦ ਕਰਦਾ। ਕਿਸਾਨ ਪਰੇਸ਼ਾਨ ਹੋ ਰਹੇ ਨੇ ਖਾਸ ਕਰਕੇ ਬਜ਼ੁਰਗ ਕਿਸਾਨ। ਉਹਨਾਂ ਨੂੰ ਵਧੇਰੇ ਤਕਲੀਫ ਨਾ ਚੁਕੜੀ ਪਏ ਇਸ ਦੀ ਮੈਂ ਉਮੀਦ ਕਰਦਾ। ਖਟਰ ਨੇ ਦਾਅਵਾ ਕੀਤਾ ਕਿ ਜੇ ਕੋਈ ਵੀ ਐਮਐਸਪੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਮਨੋਹਰ ਲਾਲ ਸਿਆਸਤ ਛੱਡ ਦੇਵੇਗਾ ਵਿਦਿਆਰਥੀਆਂ ਨਾਲ ਜੁੜੀ ਇੱਕ ਅਹਿਮ ਖਬਰ ਦੱਸ ਦਿੰਦੇ ਹਾਂ ਕਿ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਨੇ ਕੱਲ ਐਲਾਨ ਕਰ ਦਿੱਤਾ ਹੈ ਕਿ CBSE ਦੇ ਵੱਲੋਂ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਅਗਲੇ ਸਾਲ 4 ਮਈ ਤੋਂ 10 ਜੂਨ ਤੱਕ ਲਈਆਂ ਜਾਣਗੀਆਂ। ਮੰਤਰੀ ਨੇ ਦੱਸਿਆ ਕਿ ਸਕੂਲਾਂ ਦੇ ਵੱਲੋਂ ਪ੍ਰੈਕਟੀਕਲ ਪ੍ਰੀਖਿਆਵਾਂ ਪਹਿਲੀ ਮਾਰਚ ਤੋਂ ਲਈਆਂ ਜਾਣਗੀਆਂ। ਬੋਰਡ ਦੀਆਂ ਪ੍ਰੀਖਿਆਵਾਂ ਦਾ ਨਤੀਜਾ 15 ਜੁਲਾਈ ਤੱਕ ਐਲਾਨਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਦੋਵਾਂ ਜਮਾਤਾਂ ਦੀ ਡੇਟਸ਼ੀਟ ਜਲਦ ਐਲਾਨ ਦਿੱਤੀ ਜਾਏਗੀ ਤੇ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਸਾਰੀ ਜਾਣਕਾਰੀ ਲੈ ਸਕਦੇ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰਾਂ ਦੇ ਵਿੱਚ ਖੁਦ ਹਾਜ਼ਰ ਹੋ ਕੇ ਪੇਪਰ ਦੇਣੇ ਪੈਣਗੇ ਮੰਤਰੀ ਨੇ ਦੱਸਿਆ ਕਿ ਕਰੀਬ 25 ਮੁਲਕਾਂ ਵਿੱਚਲੇ CBSE ਦੇ ਸਕੂਲਾਂ ਦੇ ਸੰਬੰਧ ਵਿੱਚ ਵੀ ਕੋਈ ਹੱਲ ਕੱਢਣ ਬਾਰੇ ਕੰਮ ਕੀਤਾ ਜਾ ਰਿਹਾ ਹੈ ਤੇ ਇਸ ਸੰਬੰਧੀ ਜਲਦ ਐਲਾਨ ਕਰ ਦਿੱਤਾ ਜਾਏਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੁਲਕ ਦੇ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਪਰ ਲੋਕਾਂ ਨੂੰ ਅਵਿਸ਼ਲੇ ਨਹੀਂ ਹੋਣਾ ਚਾਹੀਦਾ ਟੀਕਾ ਲਾਉਣ ਤੋਂ ਬਾਅਦ ਵੀ ਕੋਵਿਡ 19 ਨਿਯਮਾਂ ਦੀ ਪਾਲਣਾ ਕਰਨੀ ਜਾਰੀ ਰੱਖਣੀ ਚਾਹੀਦੀ ਹੈ ਤੇ ਵੈਕਸੀਨ ਦੇ ਬਾਰੇ ਅਫਵਾਹਾਂ ਜਿਹੜੀਆਂ ਫੈਲ ਰਹੀਆਂ ਨੇ ਉਹਨਾਂ ਤੇ ਲੋਕ ਭਰੋਸਾ ਨਾ ਕਰਨ ਕੇਂਦਰ ਨੇ ਵੀ ਕਿਹਾ ਕੱਲ੍ਹ ਕਿ 2 ਜਨਵਰੀ ਨੂੰ ਯਾਨੀ ਕਿ ਕੱਲ ਤੋਂ ਦੇਸ਼ ਦੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵੱਲੋਂ ਕੋਵਿਡ 19 ਟੀਕਾਕਰਨ ਦਾ ਅਭਿਆਸ ਸ਼ੁਰੂ ਕਰ ਦਿੱਤਾ ਜਾਏਗਾ ਪੰਜਾਬ ਦੇ ਵਿੱਚ ਵੀ ਕਰੋਨਾ ਵਾਇਰਸ ਦੇ ਕੇਸ ਲਗਾਤਾਰ ਘਟ ਰਹੇ ਨੇ ਇਸ ਤੇ ਮੱਦੇਨਜ਼ਰ ਅੱਜ ਤੋਂ ਪੰਜਾਬ ਦੇ ਵਿੱਚ ਰਾਤ ਦਾ ਕਰਫਿਊ ਖਤਮ ਹੋ ਜਾਏਗਾ ਅਤੇ ਅੱਜ ਤੋਂ ਜਿਹੜੀਆਂ ਪਾਬੰਦੀਆਂ ਹੋਰ ਵੀ ਲੱਗੀਆਂ ਸੀ ਰੈਸਟੋਰੈਂਟ ਜਾਂ ਫਿਰ ਹੋਰ ਜਿਹੜੇ ਵੀ ਹੋਟਲ ਵਗੈਰਾ ਬੰਦ ਕਰਨ ਦੀ ਲਿਮਟ ਬੰਦ ਕਰਨ ਦੀ ਹੱਦ 9:30 ਵਜੇ ਤੱਕ ਸੀ ਰਾਤ ਨੂੰ 9:30 ਵਜੇ ਤੱਕ ਉਹ ਵੀ ਅੱਜ ਤੋਂ ਖਤਮ ਹੋ ਜਾਏਗੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਤੇ ਦੋਸ਼ ਲਾਇਆ ਕਿ ਕੇਂਦਰ ਨੇ ਦੇਸ਼ ਦੇ ਕੁਝ ਸੰਤਕਾਰਾਂ ਦਾ 2 ਕਰੋੜ 37 ਲੱਖ ਰੁਪਏ ਦਾ ਕਰਜ਼ਾ ਮਾਫ ਦਿੱਤਾ ਹੈ ਜਦ ਕਿ ਇੰਨੀ ਰਕਮ ਨਾਲ ਦੇਸ਼ ਦੇ 11000 ਕਰੋੜ ਲੋੜਵੰਦ ਪਰਿਵਾਰਾਂ ਨੂੰ 20-20 ਹਜ਼ਾਰ ਰੁਪਏ ਦੀ ਵਿੱਤੀ ਮਦਦ ਦਿੱਤੀ ਜਾ ਸਕਦੀ ਸੀ ਟਵੀਟ ਕੀਤਾ ਕਿ 237876 ਕਰੋੜ ਰੁਪਏ ਦਾ ਕਰਜ਼ਾ ਇਸ ਸਾਲ ਮੋਦੀ ਸਰਕਾਰ ਨੇ ਕੁਝ ਸੰਤਕਰਾਂ ਦਾ ਮਾਫ ਕਰ ਦਿੱਤਾ ਹੈ ਇਸ ਰਕਮ ਨਾਲ ਕੋਵਿਡ-19 ਦੇ ਮੁਸ਼ਕਲ ਸਮੇਂ ਦੇ ਵਿੱਚ 11 ਕਰੋੜ ਲੋੜਵੰਦ ਪਰਿਵਾਰਾਂ ਨੂੰ 20-20 ਹਜ਼ਾਰ ਰੁਪਏ ਦਿੱਤੇ ਜਾ ਸਕਦੇ ਸੀ ਵਿਅੰਗ ਕਰਦਿਆਂ ਗਾਂਧੀ ਨੇ ਲਿਖਿਆ ਕਿ ਇਹੀ ਮੋਦੀ ਜੀ ਦੇ ਵਿਕਾਸ ਦੀ ਅਸਲੀਅਤ ਹੈ ਪੰਜਾਬ ਦੇ ਵਿੱਚ ਕਾਮਰੇਡ ਬਲਵਿੰਦਰ ਸੰਧੂ ਕਤਲ ਮਾਮਲੇ ਦੇ ਵਿੱਚ ਸ਼ੱਕੀ ਗੈਂਗਸਟਰ ਸੁਖਮੀਤ ਪਾਲ ਸਿੰਘ ਉਰਫ ਸੁਖ ਭਿਖਾਰੀਵਾਲ ਨੂੰ ਸੰਯੁਕਤ ਅਰਬ ਅਮਰੀਆਤ ਯੂਏਈ ਤੋਂ ਭਾਰਤ ਰਿਪੋਰਟ ਕੀਤਾ ਗਿਆ ਤੇ ਇਹ ਜਾਣਕਾਰੀ ਭਾਰਤੀ ਖੂਫੀਆ ਏਜੰਸੀ ਨੇ ਦਿੱਤੀ ਹੈ ਸੁਖ ਭਿਖਾਰੀਵਾਲ ਪੰਜਾਬ ਪੁਲਿਸ ਤੇ ਦਿੱਲੀ ਪੁਲਿਸ ਨੂੰ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸੰਧੂ ਦੇ ਕਤਲ ਦੇ ਵਿੱਚ ਸ਼ਮੂਲੀਅਤ ਦੇ ਮਾਮਲੇ ਦੇ ਵਿੱਚ ਲੋੜਿੰਦਾ ਸੀ 68 ਸਾਲਾਂ ਦੇ ਕਾਮਰੇਡ ਸੰਧੂ ਨੇ ਪੰਜਾਬ ਦੇ ਵਿੱਚ 1990 ਵਿੱਚ ਖੜਕੂਆਂ ਦਾ ਮੁਕਾਬਲਾ ਕੀਤਾ ਸੀ ਸੰਧੂ ਦੇ ਇਸ ਵਰੇ 16 ਅਕਤੂਬਰ ਨੂੰ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਤਰਨਤਾਰਨ ਦੇ ਪਿੱਖੀਵਿੰਡ ਵਿੱਚ ਉਹ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਭਾਰਤ ਦੀ ਖੁਫੀਆ ਏਜੰਸੀ ਰੋ ਨੇ ਸੁਖਪਖਿਰੀਵਾਲ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੋਮੰਤਰੀ ਹਵਾਈ ਅੱਡੇ ਤੋਂ ਉਤਰਨ ਤੋਂ ਤੁਰੰਤ ਬਾਅਦ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਜਿਸ ਨੂੰ ਅਤਵਾਦ ਵਿਰੋਧੀ ਇਕਾਈ ਵੀ ਕਿਹਾ ਜਾਂਦਾ ਹੈ ਉਹਦੇ ਹਵਾਲੇ ਕਰ ਦਿੱਤਾ। ਵਿਸ਼ੇਸ਼ ਸੈੱਲ ਨੇ ਦਾਅਵਾ ਕੀਤਾ ਕਿ ਭਿਖਾਰੀਵਾਲ ਨੇ ਕਾਮਰੇਡ ਸੰਧੂ ਦੇ ਕਤਲ ਦਾ ਹੁਕਮ ਪਾਕਿਸਤਾਨ ਦੀ ਆਈਐਸਆਈ ਦੇ ਇਸ਼ਾਰੇ ਤੇ ਦਿੱਤਾ ਸੀ ਪਰ ਪੰਜਾਬ ਪੁਲਿਸ ਨੇ ਇਸ ਦੀ ਪੁਸ਼ਟੀ ਹਾਲੇ ਨਹੀਂ ਕੀਤੀ ਹੈ। ਸੁਖ ਭਿਖਾਰੀਵਾਲ ਦਾ ਨਾਂ ਉਦੋਂ ਸਾਹਮਣੇ ਆਇਆ ਸੀ ਜਦੋਂ 7 ਦਸੰਬਰ ਨੂੰ ਪੂਰਬੀ ਦਿੱਲੀ ਦੇ ਸ਼ਕਰਪੁਰ ਵਿੱਚ ਗੋਲੀਬਾਰੀ ਤੋਂ ਬਾਅਦ ਵਿਸ਼ੇਸ਼ ਸੈੱਲ ਨੇ 5 ਜਣਿਆਂ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕੀਤੇ ਮੋਲਜਮਾ ਦੇ ਵਿੱਚ 2 ਪੰਜਾਬ ਤੋਂ ਸਨ ਜਦਕਿ 3 ਕਸ਼ਮੀਰ ਤੋਂ ਸਨ। ਮੌਸਮ ਦੀ ਗੱਲ ਕਰ ਲਈਏ ਤਾਂ ਕੜਾਕੇ ਦੀ ਠੰਡ ਲਗਾਤਾਰ ਪੈ ਰਹੀ ਹੈ ਪੰਜਾਬ ਦੇ ਬਠਿੰਡਾ ਜ਼ਿਲ੍ਹਾ ਤੇ ਹਰਿਆਣਾ ਦਾ ਹਿਸਾਰ ਜ਼ਿਲ੍ਹਾ ਸ਼ਿਮਲਾ ਨਾਲੋਂ ਵੀ ਜ਼ਿਆਦਾ ਠੰਡੇ ਰਹੇ ਨੇ ਪਿਛਲੇ ਸਾਲ ਦੇ ਆਖਰੀ ਦਿਨ ਯਾਨੀ ਕਿ 31 ਦਸੰਬਰ 2020 ਨੂੰ ਪੂਰਾ ਉੱਤਰ ਭਾਰਤ ਕੜਾਕੇ ਦੀ ਠੰਡ ਦੀ ਚਪੇਟ ਵਿੱਚ ਆਇਆ ਹੋਇਆ ਸੀਤ ਲਹਿਰ ਨੇ ਲੋਕਾਂ ਨੂੰ ਘਰਾਂ 'ਚ ਰਹਿਣ ਦੇ ਲਈ ਮਜਬੂਰ ਕਰ ਦਿੱਤਾ ਹੈ ਮੌਸਮ ਵਿਭਾਗ ਨੇ 3 ਤੋਂ 5 ਜਨਵਰੀ ਤੱਕ ਉੱਤਰੀ ਭਾਰਤ ਵਿੱਚ ਮੀਂਹ ਗੜੇ ਤੇ ਬਰਫ਼ ਪੈਣ ਦੀ ਪੇਸ਼ੀਨਗੋਈ ਕੀਤੀ ਹੈ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਦਿੱਲੀ ਉੱਤਰ ਪ੍ਰਦੇਸ਼ ਉੱਤਰਾਖੰਡ ਰਾਜਸਥਾਨ ਤੇ ਪ ਕਸ਼ਮੀਰ ਅਤੇ ਮਧ ਪ੍ਰਦੇਸ਼ ਦੇ ਵਿੱਚ ਜ਼ੋਰਦਾਰ ਸੀਤ ਲਹਿਰ ਚੱਲਣ ਦੀ ਸੰਭਾਵਨਾ ਪ੍ਰਗਟਾਈ ਹੈ ਪੱਛਮੀ ਗੜਬੜੀ ਕਾਰਨ 2 ਤੋਂ 6 ਜਨਵਰੀ ਤੱਕ ਉੱਤਰ ਪੱਛਮ ਭਾਰਤ ਦੇ ਵਿੱਚ ਇਸ ਦਾ ਅਸਰ ਦਿਖਣ ਨੂੰ ਮਿਲ ਸਕਦਾ ਹੈ ਪੱਛਮੀ ਹਿਮਾਲਿਆ ਖੇਤ ਦੇ ਵਿੱਚ ਬਰਫਬਾਰੀ ਵੀ ਹੋ ਸਕਦੀ ਹੈ ਪੰਜਾਬ ਤੇ ਹਰਿਆਣਾ ਵਿੱਚ ਸੀਤ ਲਹਿਰ ਨੇ ਵਟ ਕੱਢ ਰੱਖੇ ਨੇ हिसार ਵਿੱਚ ਤਾਪਮਾਨ 1.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ 31 ਦਸੰਬਰ ਨੂੰ ਤੇ ਇਹ ਸ਼ਿਮਲਾ ਦੇ ਨਾਲੋਂ ਵੀ ਜ਼ਿਆਦਾ ਠੰਡਾ ਰਿਹਾ ਬੁੱਧਵਾਰ ਦੀ ਰਾਤ ਸਭ ਤੋਂ ਵੱਧ ਠੰਡੀ ਰਹੀ ਜਿਸ ਦੇ ਕਾਰਨ 47 ਸਾਲ ਦਾ ਰਿਕਾਰਡ ਟੁੱਟ ਗਿਆ ਨਰਨੌਲ ਦੇ ਵਿੱਚ ਤਾਪਮਾਨ 0.5 ਸਿਰਸਾ ਦੇ ਵਿੱਚ 1.5 ਤੇ ਅੰਬਾਲਾ ਦੇ ਵਿੱਚ ਘੱਟੋ ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਕੱਲ ਦਰਜ ਕੀਤਾ ਗਿਆ ਬਠਿੰਡਾ ਦੇ ਵਿੱਚ ਤਾਪਮਾਨ 0 ਡਿਗਰੀ ਸੈਲਸੀਅਸ ਰਿਹਾ ਜੋ ਇਸ ਮੌਸਮ ਦਾ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਹੈ ਅੰਮ੍ਰਿਤਸਰ ਤੇ ਫਰੀਦਕੋਟ ਦੇ ਲੋਕਾਂ ਨੂੰ ਵੀ ਠੰਡ ਨੇ ਪੂਰਾ ਤਪਾਰ ਰੱਖਿਆ ਜਿੱਥੇ ਘੱਟੋ ਘੱਟ ਤਾਪਮਾਨ ਕਰਮਵਾਰ 1.6 ਤੇ 1.2 ਡਿਗਰੀ ਸੈਲਸੀਅਸ ਛੋਇਆ ਪੰਜਾਬ ਹਰਿਆਣਾ ਤੇ ਦੋਮਾ ਸੂਬਿਆਂ ਦੀ ਰਾਜਸਥਾਨੀ ਚੰਡੀਗੜ੍ਹ ਦੇ ਵਿੱਚ ਵੀ ਸੀਜ਼ਨ ਦੀ ਸਭ ਤੋਂ ਠੰਡੀ ਰਾਤ ਰਹੀ ਤੇ ਪਾਰਾ 2.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਫਾਮੀ ਰਾਜਸਥਾਨੀ ਦਿੱਲੀ ਦੀਆਂ ਕਈ ਥਾਵਾਂ ਤੇ ਵੀ ਸੂਰਜ ਦੇ ਦਰਸ਼ਨ ਕਰਨੇ ਔਖੇ ਹੋਏ ਪਏ ਨੇ। ਸੀਤ ਲਹਿਰ ਤੇ ਸੰਗਣੀ ਤੋਂ ਉਦਕਾਰਣ ਸੜਕਾਂ ਤੇ ਆਵਾਜਾਈ ਘੱਟ ਦੇਖਣ ਨੂੰ ਮਿਲੀ। ਦਿੱਲੀ ਦੇ ਵਿੱਚ ਕੱਲ ਘੱਟੋ-ਘੱਟ ਤਾਪਮਨ 3.3 ਡਿਗਰੀ ਸੈਲਸੀਅਸ ਤੇ ਪਹੁੰਚ ਗਿਆ ਤੇ ਸ਼ੁੱਕਰਵਾਰ ਨੂੰ ਯਾਨੀ ਕਿ ਅੱਜ ਵੀ ਕੜਾਕੇ ਦੀ ਠੰਡ ਜਾਰੀ ਰਹਿਣ ਦੀ ਸੰਭਾਵਨਾ ਮੌਸਮ ਵਿਭਾਗ ਨੇ ਦਿੱਤੀ ਹੈ ਪਰ ਘੱਟੋ-ਘੱਟ ਤਾਪਮਨ ਵਧਣ ਦਾ ਅੰਦਾਜ਼ਾ ਵੀ ਦਿੱਤਾ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਆਡੀਓ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਆਗਿਆ ਚਾਹੁੰਦੇ ਆ ਤੇ ਮੁੱਢ ਤੋਂ ਤੁਹਾਨੂੰ ਅੱਜ ਜੋ ਨਵਾਂ ਸਾਲ ਚੜ੍ਹਿਆ ਹੈ ਉਸ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹਾਂ ਇਹ ਜਿਹੜਾ ਸਾਲ ਹੈ ਤੁਹਾਡੇ ਘਰ ਪਰਿਵਾਰ ਸਮਾਜ ਸ਼ਹਿਰ ਪਿੰਡ ਮੁਲਕ ਦੇ ਲਈ ਖੁਸ਼ੀਆਂ ਦੇ ਖੇੜੇ ਲੈ ਕੇ ਆਵੇ ਧੰਨਵਾਦ